ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸ਼ਿਵਿੰਦਰ ਜੀ ਵੱਲੋਂ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 20 ਸਤੰਬਰ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਸੋ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਸ ਦਾ ਮੁੜ ਪ੍ਰਸਾਰਣ ਰਾਤੀ 10:30 ਅਤੇ ਅਗਲੀ ਸਵੇਰ 5:30 ਹੁੰਦਾ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੂਡੇ ਦੀ ਐਂਡਰੋਇਡ ਐਪ ਦੇ ਉੱਤੇ ਤੁਸੀਂ ਤਮਾਮ ਪ੍ਰੋਗਰਾਮ ਦਾ ਆਡੀਓ ਸੁਣ ਸਕਦੇ ਹੋ ਅਤੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਵੀ ਇਸ ਨੂੰ ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਜਗਜੀਤ ਸਿੰਘ ਲੰਡਨ ਤੋਂ, ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਤੋਂ ਜੋ ਓਨਰ ਆਪਰੇਟਰ ਅਤੇ ਡਰਾਈਵਰ ਲੋਕਲ ਏਰੀਏ ਲਈ ਹਾਇਰ ਕਰ ਰਹੀ ਹੈ, ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਕਰਦੇ ਨੇ, ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206-354-4060, ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ। 2020 CDL ਸਕੂਲ ਡਰਾਈਵਿੰਗ ਸਕੂਲ ਦੇ ਡਾਇਰੈਕਟਰਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਸਕੂਲ ਬੱਸ ਡਰਾਈਵਰਸ ਦੀ ਬੜੀ ਲੋੜ ਹੈ, ਮਿਲ ਨਹੀਂ ਰਹੇ ਨੇ, ਅਤੇ ਤੁਸੀਂ ਇਹਨਾਂ ਕੋਲ ਆਓ, ਸਕੂਲ ਬੱਸ ਡਰਾਈਵਰ ਬਣੋ। ਹਫ਼ਤੇ ਦੇ 7 ਦਿਨ ਤੁਹਾਨੂੰ ਕੋਚਿੰਗ ਦਿੱਤੀ ਜਾਂਦੀ ਹੈ। ਜੇਕਰ ਕਿਸੇ ਪ੍ਰਕਾਰ ਦੀ ਟਿਊਸ਼ਨ ਫੀਸ ਦਾ ਹੱਥ ਤੰਗ ਹੈ ਤਾਂ ਤੁਹਾਨੂੰ ਫਾਈਨੈਂਸ ਦਾ ਸਹੂਲਤ ਵੀ ਦਿੰਦੇ ਨੇ। ਇਸ ਤੋਂ ਇਲਾਵਾ ਤੁਸੀਂ ਬੱਸ ਟਰੱਕ, ਕਮਰਸ਼ੀਅਲ ਟਰੈਕਟਰ, ਟ੍ਰੇਲਰ ਦੀ ਡਰਾਈਵਿੰਗ ਤੋਂ ਇਲਾਵਾ ਕਾਰ ਵਗੈਰਾ ਵੀ ਸਿੱਖ ਸਕਦੇ ਹੋ। ਅਤੇ ਦੂਰ ਦੁਰਾਡੇ ਤੋਂ ਆਉਣਾ ਤਾਂ ਤੁਹਾਨੂੰ ਜਿੰਨੀ ਦੇਰ ਤੁਹਾਨੂੰ ਇੱਥੇ ਡਰਾਈਵਿੰਗ ਦੀ ਟ੍ਰੇਨਿੰਗ ਦਿੱਤੀ ਜਾਏਗੀ, ਸਟੇਅ ਫਰੀ ਦਿੱਤਾ ਜਾਏਗਾ ਅਤੇ ਨੇੜਿਓਂ ਪਿੱਕ ਐਂਡ ਡਰੌਪ ਵੀ ਦਿੱਤਾ ਜਾਏਗਾ। ਸਾਰੀਆਂ ਲੈਂਗੁਏਜਸ ਦੇ ਵਿੱਚ ਤੁਹਾਨੂੰ ਇਹਨਾਂ ਦੇ ਜਿਹੜੇ ਇੰਸਟਰਕਟਰ ਨੇ ਬੜੇ ਪੈਸ਼ਨੇਬਲ ਅਤੇ ਪ੍ਰੋਫੈਸ਼ਨਲ ਨੇ, ਉਹ ਸਿਖਾਉਂਦੇ ਨੇ। ਅਤੇ ਸਨੀ ਨਾਲ ਨੰਬਰ ਨੋਟ ਕਰੋ, 540-656-0985 'ਤੇ, 540-656-0985। ਗੁਰਸ਼ਰਨ ਸਿੰਘ ਸੇਖੋਂ ਬਹੁਤ ਹੀ ਟਰੱਸਟਡ ਨੇਮ ਹੈ ਜੀ ਇਮੀਗ੍ਰੇਸ਼ਨ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ। ਉਹ ਕਹਿੰਦੇ ਨੇ ਕਿ ਇੱਕ ਵਾਰੀ ਉਹਨਾਂ ਨੂੰ ਕਾਲ ਜ਼ਰੂਰ ਕਰ ਲਓ, ਹੋਰ ਕਿਸੇ ਨਾਲ ਸਲਾਹ ਕਰਨ ਤੋਂ ਪਹਿਲਾਂ। ਭਾਵੇਂ ਤੁਸੀਂ ਸਿਟੀਜ਼ਨਸ਼ਿਪ ਦੀ ਹੈ, ਕੋਰਟ ਫਾਈਲ ਕਰਨਾ, OCI ਕਾਰਡ ਹੈ, ਫੈਮਿਲੀ ਪਟੀਸ਼ਨਾਂ ਨੇ, ਵਰਕ ਪਰਮਿਟ ਹੈ, ਇੰਡੀਅਨ ਪਾਸਪੋਰਟ ਲੈਣਾ, ਪ੍ਰੋਸੈਸ ਕਰਾਉਣੀ ਹੈ, ਕੋਈ ਵੀ ਸਰਵਿਸਿਜ਼ ਜਿਹੜੀਆਂ ਨੇ, ਕਹਿੰਦੇ ਮੇਰੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰੋ, ਕੰਮ ਜੀ ਤੋਂ ਮਰਜ਼ੀ ਕਰਾਓ। 510-200-9988, 510-200-9988 'ਤੇ ਇਹਨਾਂ ਨਾਲ ਕਾਲ ਜ਼ਰੂਰ ਕਰ ਲਓ। ਕੁਛ ਹੋਰ ਵਪਾਰਕ ਸੁਨੇਹੇ ਅਤੇ ਇਹਨਾਂ ਵਪਾਰਕ ਸੁਨੇਹਿਆਂ ਤੋਂ ਬਾਅਦ ਫਿਰ ਸ਼ਿਵਿੰਦਰ ਜੀ ਨਾਲ ਪੰਜਾਬ ਦੇ ਪੱਖ ਦੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਪੱਖ ਦਾ ਮਸਲਾ ਤੁਹਾਨੂੰ ਪਤਾ ਹੀ ਹੈ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟ੍ਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟ੍ਰੀਟ, ਲੋਸਟ ਹਿਲਸ। ਫੋਨ ਨੰਬਰ 661-797-2345। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-495-0401-403-404-9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855-600-2064 ਅਤੇ 85560-2071।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਤੋਂ ਪਹਿਲਾਂ ਕੀ ਆਪਾਂ ਅੱਗੇ ਚੱਲੀਏ, ਮੇਰੀ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ ਕਿ ਰੇਡੀਓ ਪੰਜਾਬ ਟੂਡੇ ਤੁਹਾਡੀ ਬਦੌਲਤ ਜਿਹੜਾ 7th year ਕੰਪਲੀਟ ਕਰਨ ਜਾ ਰਿਹਾ, ਅਗਲੇ ਮਹੀਨੇ 7 years ਹੋ ਜਾਣਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਲਗਾਤਾਰ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰ ਰਹੇ ਹੋ, ਤੁਹਾਡੀ ਸਪੋਰਟ ਦੇ ਨਾਲ ਹੀ ਚੱਲ ਰਿਹਾ। ਸੋ ਹੋਰ ਵੀ ਵੀਰਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਜ਼ਰੂਰ ਐਡਵਰਟੀਜ਼ਮੈਂਟ ਦਿਓ ਅਤੇ ਨਾਲ ਸਹਿਯੋਗ ਵੀ ਕਰੋ। ਸੋ ਮੇਰੇ ਨਾਲ ਸ਼ਿਵਿੰਦਰ ਜੀ ਜੁੜ ਗਏ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ਿਵਿੰਦਰ ਜੀ ਗੜਬੜ ਹੋ ਰਹੀ ਹੈ, ਅੱਜ ਪ੍ਰੋਗਰਾਮ ਵੀ ਬੜਾ ਤਕੜਾ ਤੇ ਆਵਾਜ਼ ਖੜਕ ਰਹੀ ਹੈ। ਗੱਲਬਾਤ ਕਰਦੇ ਹਾਂ। ਸੋ ਕੁਛ ਖਾਸ ਖਬਰਾਂ ਦੇ ਉੱਤੇ ਆਪਾਂ ਤਾਜ਼ਾ ਖਬਰਾਂ ਦੇ ਉੱਤੇ ਜਿਹੜਾ ਹੈ ਕਰ ਲਈਏ ਕਿ ਪੱਤਰਕਾਰਾਂ ਦੀ ਮੀਟਿੰਗ ਹੋਈ ਹੈ ਜੀ, ਉਹਦੇ ਵਿੱਚ ਅਹਿਮ ਮਸਲੇ ਜਿਹੜੇ ਨੇ ਉਹ ਵਿਚਾਰੇ ਗਏ ਨੇ। ਸੋ ਟੀ ਵੀ ਚੈਨਲ ਦੇ ਪੱਤਰਕਾਰਾਂ ਨੇ ਇਹ ਹਿੱਸਾ ਲਿਆ। ਸੋ ਇਹ ਮੀਟਿੰਗ ਜਿਹੜੀ ਹੋਈ ਹੈ ਉਹ ਕਪੂਰਥਲਾ ਦੇ ਵਿੱਚ ਹੋਈ ਹੈ। ਸੋ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਤਾਰ ਲੱਗ ਰਹੇ ਨੇ ਅਤੇ ਖਾਸਾ ਵਿਖੇ ਫਲਾਂ ਦੀਆਂ 2 ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਅਤੇ ਹੁਣ ਸ਼ਿਵਿੰਦਰ ਜੀ ਮੇਰੇ ਨਾਲ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂ ਠੀਕ ਹੈ ਜੀ। ਅਤੇ ਸ਼ਿਵਿੰਦਰ ਜੀ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਕਾਂਗਰਸ ਦਾ ਜਿਹੜਾ ਸੀਗਾ ਆਪਾਂ ਸਿੱਧੇ ਤੌਰ ਦੇ ਉੱਤੇ ਕਹੀਏ ਕਿ ਭੁਚਾਲ ਜਿਹਾ ਸੀਗਾ, ਕੀ ਚਰਨਜੀਤ ਸਿੰਘ ਚੰਨੀ ਜੋ ਬਣੇ ਨੇ ਇਹ ਕਾਂਗਰਸ ਦੇ ਭੁਚਾਲ ਨੂੰ ਠੱਲ ਪਾ ਦੇਣਗੇ? ਪਰ ਮੈਨੂੰ ਕੀ ਲੱਗਦਾ ਕਿ ਜਿਵੇਂ ਮੁੱਖ ਮੰਤਰੀਆਂ ਦੇ ਨਾਂ ਉੱਭਰਦੇ ਅਤੇ ਕਹਿੰਦੇ ਛੱਲਾਂ ਵੱਜਦੀਆਂ ਰਹੀਆਂ ਨੇ ਪਾਣੀ ਦੀਆਂ, ਤੇ ਉਹ ਛੱਲਾਂ ਜਿਹੜੀਆਂ ਨੇ ਉਹ ਤੂਫਾਨ ਤਾਂ ਨਹੀਂ ਖੜਾ ਕਰ ਦੇਣਗੀਆਂ? ਦੇਖੋ ਗੱਲ ਇਹ ਹੈਗੀ ਹੈ, ਇੱਥੋਂ ਤਾਂ ਇੱਕ ਚੀਜ਼ ਸਾਫ਼ ਜਿਹੜਾ ਮੈਸੇਜ ਆਉਂਦਾ ਉਹ ਹੈਗਾ ਕਿ ਹਾਈਕਮਾਨ ਨੇ ਆਪਣੀ ਇੱਕ ਤਾਂ ਪਗਾ ਲਈ ਕਿਵੇਂ ਨਾ ਕਿਵੇਂ, ਹਾਲਾਂਕਿ ਉਹਦੇ ਵਿੱਚ ਸਿੱਧੂ ਦਾ ਵੀ ਆਧਾਰ ਰਿਹਾ, ਜਿਵੇਂ ਉਹਨੇ ਅੰਡ ਤੇ ਰੌਲਾ ਪਾਇਆ ਨਹੀਂ, ਫਲਾਣਾ ਨੀ ਚਾਹੀਦਾ, ਢੀਂਗਰਾ ਚਾਹੀਦਾ ਹੈਗਾ, ਹੈ ਵਗੈਰਾ ਵਗੈਰਾ। ਇਹ ਤਾਂ ਇੱਕ ਚੀਜ਼ ਹੈ, ਲੇਕਿਨ ਫਿਰ ਵੀ ਕਿਵੇਂ ਨਾ ਕਿਵੇਂ ਜਿਵੇਂ ਕੈਪਟਨ ਦਾ ਇੱਕ ਆਧਾਰ ਬਣਿਆ ਹੋਇਆ ਸੀ ਵੀ ਹਾਈਕਮਾਨ ਨੂੰ ਪਹਿਲਾਂ ਡਰਾਉਣ ਵਾਲਾ, ਇਹ ਕੋਈ ਅੱਜ ਤਾਂ ਨੀ ਚੱਲਦਾ ਆ ਰਿਹਾ, ਕਾਫੀ ਲੰਬੇ ਸਮੇਂ ਦਾ ਸੀ। ਇਹਦੇ ਤੋਂ ਇੱਕ ਚੀਜ਼ ਤਾਂ ਇਹ ਮਿਲਦੀ ਆ ਵੀ ਹਾਲ ਦੀ ਘੜੀ ਕੈਪਟਨ ਜੀ ਵਿਧਾਨ ਤੋਂ ਹੋ ਗਿਆ, ਅੱਗੇ ਪਤਾ ਨੀ ਉਹਦੀ ਰਣਨੀਤੀ ਕੀ ਹੋਊ, ਕਿਉਂਕਿ ਜੇ ਤਾਂ ਉਹ ਜਾਂਦਾ ਹੈਗਾ ਭਾਜਪਾ ਵਿੱਚ ਕੋਈ ਰਾਹ ਨੀ ਹੈਗਾ, ਕਿਉਂਕਿ ਉੱਥੇ ਦਾ ਪੰਜਾਬ ਦੇ ਲੋਕਾਂ ਨੇ ਕਬੂਲ ਨੀ ਕਰਨਾ ਹੈਗਾ। ਦੂਜੀ ਚੀਜ਼ ਇਹ ਹੈਗੀ ਹੈ ਕਿ ਉਹ ਕੋਈ ਨਵੀਂ ਪਾਰਟੀ ਬਣਾਵੇ, ਨਵੀਂ ਪਾਰਟੀ ਨੂੰ ਉਸ ਤਰ੍ਹਾਂ ਹਾਲੇ ਬੇਸ ਨੀ ਕੋਈ ਹੈਗਾ, ਕਿਉਂਕਿ ਪਹਿਲਾਂ ਹੀ ਉਹਨਾਂ ਦਾ ਕੋਈ ਜਿਵੇਂ ਆਖੀਏ ਕੋਈ ਐਡੀ ਗੱਡੀ ਗੱਲ ਨੀ ਕਿ ਪੰਜਾਬ ਦੇ ਲੋਕ ਉਹਨਾਂ ਦੇ ਉੱਤੇ ਦਾਅ ਖੇਡਣ, ਨਹੀਂ ਖੇਡ ਸਕਦੇ। ਫਿਰ ਵਿੱਚੋਂ ਅੰਦਰੋਂ ਖੱਤ ਉਹਨਾਂ ਦੇ ਨੇੜਲੇ ਬੰਦੇ ਕਹਿ ਰਹੇ ਨੇ ਵੀ ਹੋ ਸਕਦਾ ਉਹ ਕੋਈ ਏਦਾਂ ਦਾ ਡਰਾਮਾ ਕਰੇ ਵੀ ਜਿਹਨੂੰ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਚਲਾ ਜਾਵੇ ਜਾਂ ਉੱਥੇ 2-3 ਦਿਨ ਬਹਿ ਜੇ, ਇਹ ਵੀ ਖਬਰਾਂ ਆ ਰਹੀਆਂ ਹੈਗੀਆਂ ਨੇ। ਪਰ ਉਹਦੇ ਵਿੱਚ ਕਾਰਨ ਨੇ ਵੀ ਪੰਜਾਬ ਦੇ ਲੋਕ ਸੁਚੇਤ ਨੇ, ਹੁਣ ਕੋਈ ਹੋਰ ਸਟੇਟ ਤਾਂ ਹੈ ਨੀ ਜਿਹੜਾ ਮੂਵਮੈਂਟ ਵਾਲਾ ਏਰੀਆ ਦਾ ਇੰਨਾ ਪਤਾ ਉਹਨਾਂ ਨੂੰ ਵੀ ਕੈਪਟਨ ਦਾ ਕੀ ਹਿਸਾਬ ਹੋਊ, ਇੱਥੇ ਕਿਉਂ ਆ ਰਿਹਾ ਹੁਣ। ਤੇ ਹਾਲੇ ਕੁਛ ਦਿਨ ਪਹਿਲਾਂ ਉਹਨੇ ਕਿਸਾਨਾਂ ਨੂੰ ਕਿਹਾ ਸੀ ਵੀ ਤੁਸੀਂ ਪੰਜਾਬ 'ਚ ਕਦੋਂ ਧਰਨੇ ਲਾਉਣੇ ਹੈਗੇ, ਇਹਨੂੰ ਚੱਕ ਲਓ, ਤੇ ਉਹ ਵੀ ਹਾਲੇ ਬਿਆਨ ਭੁੱਲਿਆ ਨੀ ਹੈਗਾ। ਇੱਕ ਤਾਂ ਇਹ ਚੀਜ਼ਾਂ ਹੈਗੀਆਂ ਨੇ, ਉਹ ਹੁਣ ਕੈਪਟਨ ਦਾ ਭਵਿੱਖ ਹੈ, ਹਾਲ ਦੀ ਕਰੀ ਮੈਨੂੰ ਲੱਗਦਾ ਵੀ ਉਹਦਾ ਢੋ ਡਾਵਾ ਡੋਲ ਅੱਗੇ ਕੀ ਪੋਜੀਸ਼ਨ ਲਊਗਾ ਉਹ ਕਹਿਣਾ ਮੁਸ਼ਕਿਲ ਹੈ। ਜੇ ਉਹ ਰਾਜਨੀਤਿਕ ਤੌਰ ਤੇ ਖਤਮ ਨਹੀਂ ਤਾਂ ਹਾਲੇ ਤੱਕ ਬ੍ਰੇਕ ਲੱਗ ਚੁੱਕੀ ਹੈ। ਦੂਜੇ ਪਾਸੇ ਕਾਂਗਰਸ ਬਾਰੇ ਤੁਹਾਡਾ ਸਵਾਲ ਸੀਗਾ ਵੀ ਕਾਂਗਰਸ ਦਾ ਫਿਊਚਰ ਕੀ ਹੋਊਗਾ। ਕਾਂਗਰਸ ਦੇ ਵਿੱਚ ਹੁਣ ਮਸਲਾ ਇਹ ਹੈਗਾ ਵੀ ਇਹਨੂੰ ਕੁਰਸੀਆਂ ਮਗਰ ਭੱਜਣ ਵਾਲੇ ਬੰਦੇ ਬਹੁਤ ਹੈਗੇ ਨੇ, ਉਹਨੇ ਜਿਹੜਾ ਦਾਅ ਖੇਡਿਆ, ਕਿਉਂਕਿ ਹਾਲ ਦੀ ਘੜੀ ਜਿਹੜਾ ਪੰਜਾਬ ਦੇ ਵਿੱਚ ਨੈਰੇਟਿਵ ਹੈ, ਪੰਜਾਬ ਦੇ ਲੋਕਾਂ ਵਿੱਚ ਤਾਂ ਕੋਈ ਇੱਦਾਂ ਦਾ ਨੈਰੇਟਿਵ ਨਹੀਂ ਸੀਗਾ ਜ਼ਮੀਨ ਦੇ ਪੱਧਰ ਦੇ ਉੱਤੇ ਵੀ ਕੋਈ ਹਿੰਦੂ ਬਣੇ, ਮੁਸਲਮਾਨ ਬਣੇ, ਸਿੱਖ ਬਣੇ ਜਾਂ ਜੱਟ ਬਣੇ ਜਾਂ ਕੋਈ ਦਲਿਤ ਬਣੇ ਹੈ, ਤੇ ਇਹ ਨੈਰੇਟਿਵ ਪਾਰਟੀਆਂ ਨੇ ਹੀ ਸੈੱਟ ਕੀਤੇ ਹੋਏ ਸੀਗੇ, ਜਿਵੇਂ ਕਿ ਜੀ ਪਹਿਲਾਂ ਬਿਲਕੁਲ ਬਿਲਕੁਲ ਜਿਵੇਂ ਪਾਰਟੀਆਂ ਨੇ ਸੈੱਟ ਕੀਤੇ। ਮੈਂ ਹੁਣੇ ਹੀ ਅਪਡੇਟ ਪੜ ਰਿਹਾ ਸੀਗਾ ਹਰਸਿਮਰਤ ਕੌਰ ਬਾਦਲ ਦਾ, ਠੀਕ ਹੈ ਜੀ, ਉਹਨਾਂ ਨੇ ਲਿਖਿਆ
ਵੀ ਆਮ ਆਦਮੀ ਪਾਰਟੀ ਦੇ ਪੰਜਾਬ ਲਈ ਸਿੱਖ ਮੁੱਖ ਮੰਤਰੀ ਦਾ ਚਿਹਰੇ ਦਾ ਫੈਸਲਾ ਵੀ ਪੰਜਾਬ ਤੋਂ ਬਾਹਰ ਗੈਰ ਪੰਜਾਬੀਆਂ ਦੇ ਹੱਥ, ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਵੀ ਗੈਰ ਪੰਜਾਬੀਆਂ ਦਾ ਤੇ ਪੰਜਾਬ ਤੋਂ ਬਾਹਰ। ਕਹਿੰਦੇ ਸਿਰਫ ਨਿਡਰ ਤੇ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੀ ਕਹਿੰਦੇ ਆਪ ਦਾ ਫੈਸਲਾ ਕਰਦੀ, ਉਹ ਅਕਾਲੀ ਦਲ ਕਰਦਾ ਜਾਂ ਬਾਦਲ ਪਰਿਵਾਰ ਕਰਦਾ, ਇਹ ਤੁਸੀਂ ਦੱਸੋ। ਹਾਂ, ਬਾਦਲ ਪਰਿਵਾਰ ਕਰਦਾ, ਪਰ ਹਰਸਿਮਰਤ ਕੌਰ ਤੋਂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ, ਕਿਉਂਕਿ ਪੰਜਾਬ ਇਹਦਾ ਦੇਸ਼, ਪੰਜਾਬ ਦੇ ਵਿੱਚ ਹੀ ਹੈ ਤੇ ਆਪਣੇ ਅਕਾਲੀ ਦਲ ਦਾ। ਪਰ ਜਿਹੜੇ ਨੈਸ਼ਨਲ ਮਸਲਿਆਂ ਦੇ ਉੱਤੇ ਕੋਈ ਪੋਜੀਸ਼ਨ ਲੈਣੀ ਆ, ਉਹ ਫਿਰ ਬੀਜੇਪੀ ਦੇ ਹੁਣ ਤੱਕ ਕਿਉਂ ਹਾਂ ਛਾਂ ਮਿਲਾ ਕੇ ਕਰਦੇ ਰਹੇ, ਇਹ ਸਵਾਲ ਇਹਨੂੰ ਵੀ ਪੁੱਛਿਆ ਜਾਣਾ ਚਾਹੀਦਾ। ਫਿਰ ਚਾਹੇ ਉਹ ਨੈਸ਼ਨਲ ਮਸਲੇ ਕੀ, ਚਾਹੇ ਕਸ਼ਮੀਰ ਦਾ ਮਸਲਾ ਹੋਵੇ, ਚਾਹੇ ਪਾਕਿਸਤਾਨ ਨਾਲ ਸੰਬੰਧਾਂ ਦਾ ਮਸਲਾ ਹੋਵੇ, ਚਾਹੇ ਜਿਹੜਾ ਹੈਗਾ ਕਰਤਾਰਪੁਰ ਕੋਰੀਡੋਰ ਦਾ ਮਸਲਾ ਹੋਵੇ, ਇਹ ਤਮਾਮ ਮੁੱਦੇ ਜਿਹੜੇ ਹੈਗੇ ਇਹ ਉੱਧਰ ਝਾਕਦੇ ਰਹੇ ਨੇ। ਮਤਲਬ ਝਾਕਦੇ ਤੁਸੀਂ ਵੀ ਰਹੇ ਹੋ, ਉਦੋਂ ਚੱਕਰ ਹੈਗਾ ਵੀ ਤੁਹਾਡੇ ਉੱਤੇ ਕੋਈ ਹਾਈ ਕਮਾਂਡ ਨਹੀਂ ਹੈਗੀ ਤੇ ਤੁਹਾਡੇ ਤੁਸੀਂ ਆਪ ਹੀ ਹਾਈ ਕਮਾਂਡ ਹੋ, ਇਸ ਕਰਕੇ ਇਹਦਾ ਫੈਸਲਾ ਤੁਸੀਂ ਕਰਦੇ ਰਹੇ ਹੋ। ਤੇ ਜਦਕਿ ਅਕਾਲੀ ਦਲ ਦੀਆਂ ਅੰਦਰੂਨੀ, ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ, ਉਹ ਕਿਹੜੇ ਪਾਸੇ ਆ, ਉਹ ਤਾਂ ਤੁਹਾਨੂੰ ਪਤਾ ਵੀ ਇੱਕ ਪਰਿਵਾਰ ਹੀ ਚਲਾਉਂਦਾ ਹੈਗਾ, ਉਹ ਫਿਰ ਇਕੱਲਾ ਫਿਰ ਅਕਾਲੀ ਦਲ ਨੂੰ ਨੀ ਚਲਾਉਂਦਾ, ਧਾਰਮਿਕ ਸੰਸਥਾਵਾਂ ਨੂੰ ਵੀ ਚਲਾਉਂਦਾ ਹੈਗਾ। ਦੂਜੀ ਚੀਜ਼ ਹੈਗੀ ਆ, ਜਿਹੜਾ ਇਹ ਸਵਾਲ ਸੀ ਵੀ ਲੋਕਾਂ ਦਾ ਤਾਂ ਹੈ ਨਹੀਂ ਸੀ ਫੈਸਲਾ, ਇਹ ਤਾਂ ਇਹਨਾਂ ਨੇ ਖੁਦ ਕੀਤੀ ਸੀ। ਅਕਾਲੀ ਦਲ ਨੇ ਡਿਪਟੀ ਸੀਐਮ ਦੀ ਗੱਲ ਕਰਤੀ ਵੀ ਦਲਿਤ ਹੋਊਗਾ ਬਸਪਾ ਨਾਲ ਗੱਠਜੋੜ ਕਰਨ ਤੋਂ ਬਾਅਦ, ਬਸਪਾ ਬੀਜੇਪੀ ਨੇ ਕਹਿਤਾ ਜੀ ਅਸੀਂ ਮੁੱਖ ਮੰਤਰੀ ਦਲਿਤ ਬਣਾਵਾਂਗੇ, ਉਹਨੂੰ ਕੋਈ ਪੁੱਛੇ ਵੀ ਪੰਜਾਬ ਤੋਂ ਬਾਹਰ ਕਿੰਨੇ ਕੁ ਬਣਾਤੇ ਤੁਸੀਂ ਦਲਿਤ ਮੁੱਖ ਮੰਤਰੀ। ਤੇ ਇਸੇ ਢੰਗ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਵਿੱਚ ਵਿੱਚ ਦਾਅਵਾ ਕਰਨ ਲੱਗੀ ਕਈ ਡਿਪਟੀ ਸੀਐਮ ਅਸੀਂ ਬਣਾਵਾਂਗੇ, ਤੇ ਕਾਂਗਰਸ ਨੇ ਦੇਖਿਆ ਵੀ ਪੱਤਾ ਖੇਡਦੇ ਆ, ਵੀ ਇਹ ਪੱਤਾ ਖੇਡ ਕੇ ਫਾਇਦਾ ਫਿਰ ਇਕੱਲੇ ਪੰਜਾਬ 'ਚ ਨਹੀਂ ਹੋਣਾ, ਤੇ ਗਾਹਾਂ ਵੀ ਹੋਊਗਾ, ਯੂਪੀ ਵਾਲੀ ਇਲੈਕਸ਼ਨ ਵੀ ਆ ਰਹੀ ਹੈ, ਹੋਰਨਾਂ ਸੂਬਿਆਂ ਦੀ ਇਲੈਕਸ਼ਨ ਵੀ ਆ ਰਹੀ ਹੈ, ਇਸ ਸਮੇਂ ਕੋਈ ਦਲਿਤ ਮੁੱਖ ਮੰਤਰੀ ਦਿੰਦਾ ਵੀ ਨਹੀਂ ਹੈਗਾ ਜੇ ਆਪਾਂ ਦੇਖੀਏ। ਤਾਂ ਅਸੀਂ ਕਹਿ ਸਕਦੇ ਹਾਂ ਵੀ ਦੇਖੋ ਜੀ, ਪੰਜਾਬ 'ਚ ਦੋ ਨੌਨ ਜੱਟ ਬਣੇ ਸੀਗੇ, ਇੱਕ ਤਾਂ ਗਿਆਨੀ ਜੈਲ ਸਿੰਘ ਬਣਿਆ ਸੀ 1972 ਦੇ ਵਿੱਚ, 72 ਤੋਂ 70 ਵਾਲਾ ਜਿਹੜਾ ਪੀਰੀਅਡ ਸੀ ਉਹ ਵੀ ਅਸੀਂ ਬਣਾਇਆ ਸੀ ਰਾਮਗੜੀਆ ਭਾਈਚਾਰੇ ਦੇ ਵਿੱਚੋਂ, ਇੱਕ ਆ ਦਲਿਤ ਭਾਈਚਾਰੇ ਦੇ ਵਿੱਚੋਂ ਅਸੀਂ ਬਣਾਤਾ, ਤੇ ਅਸੀਂ ਹੀ ਜਿਹੜਾ ਪਛੜੇ ਤੇ ਦਲਿਤ ਵਰਗ ਦੇ ਖੈਰ ਖੁਆ ਹੈਗੇ ਆ। ਤੇ ਇਹਨੂੰ ਇਕੱਲਾ ਫਿਰ ਪੰਜਾਬ 'ਚ ਇਹਨਾਂ ਨੇ ਬਣਾਉਣਾ ਹੈਗਾ, ਪੰਜਾਬ ਤੋਂ ਬਾਹਰ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਹੁਣ ਜੇ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੇ ਦਲਿਤਾਂ ਦੇ ਮੁੱਦੇ ਆ ਨਾ, ਉਹਨਾਂ ਦੇ ਉੱਤੇ ਜਿਹੜੇ ਫਾਈਟ ਵਗੈਰਾ ਕਰਨ ਦਾ ਕੰਮ ਕਿ ਮੇਨ ਸਟ੍ਰੀਮ ਪਾਰਟੀ ਦੀ ਤਾਂ ਕੋਈ ਨਹੀਂ ਕਰਦਾ ਆ ਰਿਹਾ, ਪੰਜਾਬ ਦੇ ਵਿੱਚੋਂ ਜਿਹੜੇ ਮੋਟੇ ਜਿਹੇ ਦਲਿਤਾਂ ਦੇ ਮੁੱਦੇ ਨਿਕਲਦਾ, ਆਪਣੇ ਮਾਲਵੇ ਦੇ ਵਿੱਚੋਂ ਇਹਨਾਂ ਦੀ ਜ਼ਮੀਨ ਵਾਲਾ ਮੁੱਦਾ, ਸ਼ਾਮਲਾਟ ਵਾਲੀ ਜ਼ਮੀਨ ਦਾ ਮੁੱਦਾ ਹੈਗਾ, ਉਹਦੇ ਉੱਤੇ ਅਕਸਰ ਹੀ ਪ੍ਰੋਗਰੈਸਿਵ ਜਾਂ ਲੈਫਟ ਤੇ ਨਾ, ਰੈਡੀਕਲ ਲੈਫਟ ਤੇ ਨਾ, ਉਹ ਫਾਈਟ ਕਰਦੀਆਂ ਹੈਗੀਆਂ ਨੇ। ਫਿਰ ਇੱਧਰ ਆ ਕੇ ਮਾਝੇ ਕੰਨੀ ਜਾਂ ਦੁਆਬੇ ਕੰਨੀ ਆਪਾਂ ਆਉਣੇ ਆ, ਇੱਥੇ ਇੱਕ ਤਾਂ ਦੁਆਬੇ ਦੇ ਦਲਿਤ ਥੋੜਾ ਜਿਹਾ ਬਾਹਰ ਬੂਹਰ ਜਾਣ ਕਰਕੇ ਥੋੜਾ ਮੋਟਾ ਠੀਕ ਹੈ, ਲੇਕਿਨ ਉੱਥੇ ਪਛਾਣ ਦਾ ਮਸਲਾ ਹੈਗਾ, ਉਹ ਪਛਾਣ ਦੇ ਐਂਗਲ ਉੱਤੋਂ ਵੀ ਕੋਈ ਖੜਦਾ ਨਹੀਂ ਹੈਗਾ ਇਹਨਾਂ ਦੇ ਨਾਲ। ਫਿਰ ਆ ਜਾਂਦਾ ਜਿਹੜਾ ਮਾਝੇ ਦੇ ਵਿੱਚ ਇਹਨਾਂ ਦੇ ਕਬਰਸਤਾਨਾਂ ਦਾ ਮੁੱਦਾ, ਕਿਉਂਕਿ ਉੱਥੇ ਬਹੁਤ ਸਾਰੇ ਕ੍ਰਿਸ਼ਚਨ ਦਲਿਤ ਹੈਗੇ ਨੇ, ਤੇ ਉਹ ਕਬਰਸਤਾਨਾਂ ਦਾ ਮੁੱਦਾ, ਫਿਰ ਉੱਥੇ ਆ ਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਗੁਰਬਤ ਵਾਲਾ ਤੇ ਉਹਨਾਂ ਦੇ ਜਿਹੜੇ ਦੱਬ ਦਾਬੇ ਵਾਲਾ, ਉਹਦੇ ਵਿੱਚ ਵੀ ਕੋਈ ਫਾਈਟ ਕਰਨਾ ਦਿਖਾਉਂਦਾ ਨੀ ਹੈਗਾ। ਥੋੜਾ ਜਿਹਾ ਉੱਥੇ ਮਸਲਾ ਜ਼ਮੀਨ ਵਾਲਾ ਵੀ ਹੈਗਾ ਆਪਣੇ ਦੁਆਬੇ ਦੇ ਕੁਝ ਖਾਸ ਏਰੀਏ ਦੇ ਵਿੱਚ, ਤੇ ਮਾਝੇ ਦੇ ਕੁਝ ਖਾਸ ਏਰੀਏ ਦੇ ਵਿੱਚ, ਉਹਦੇ ਵਿੱਚ ਵੀ ਜਿਹੜੀਆਂ ਹੈਗੀਆਂ ਜੁਝਾਰੂ ਤੇ ਰੈਂਕ ਇਹਨਾਂ ਨਾਲ ਖੜਦੀਆਂ ਹੈਗੀਆਂ ਨੇ। ਸੋ ਇਸ ਤਰ੍ਹਾਂ ਅੱਛਾ, ਇਸ ਤੋਂ ਬਿਨਾਂ ਜਿਵੇਂ ਪੰਜਾਬ ਉਂਝ ਦੇਖਣਾ ਹੋਵੇ, ਜਿਵੇਂ ਮੰਨ ਲਓ ਕਿ ਪੰਜਾਬ 'ਚ ਹਾਲੇ ਬਹੁਤ ਸਾਰੇ ਗੁਰਦੁਆਰੇ ਵੀ ਇਹੋ ਜਿਹੜੇ ਜਿੱਥੇ ਹਾਲੇ ਦਲਿਤਾਂ ਨੂੰ ਉਸ ਤਰ੍ਹਾਂ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ, ਉਹਦੇ ਕਰਕੇ ਵੱਖਰੇ ਗੁਰਦੁਆਰੇ ਬਣਨ ਵਾਲਾ ਸਾਰਾ ਕੰਮ ਆ। ਇਹਦੇ ਉੱਤੇ ਜਿਹੜਾ ਫਾਈਟ, ਅੱਛਾ ਦਲਿਤਾਂ ਦਾ ਬਾਈਕਾਟ ਹੁੰਦਾ ਜਦੋਂ ਝੋਨੇ ਵਾਲਾ ਟਾਈਮ ਹੁੰਦਾ ਹੈਗਾ, ਉਹਦੇ ਵਿੱਚ ਬਾਈਕਾਟ ਕਰਨ ਤੇ ਕਰਾਉਣ ਵਾਲਿਆਂ ਵਿੱਚ ਵੀ ਮੇਨ ਸਟ੍ਰੀਮ ਪਾਰਟੀਆਂ ਦੇ ਹੀ ਬੰਦੇ ਹੁੰਦੇ ਹੈਗੇ ਨੇ। ਦੂਰ ਤੱਕ ਦਾ ਵੀ ਲੈਣਾ ਦੇਣਾ ਦਲਿਤਾਂ ਨਾਲ ਕਿਸੇ ਦਾ ਹੈ ਨੀ ਗਾ, ਬਸ ਆਇਆ ਵੀ ਹੁਣ ਤੁਹਾਨੂੰ ਪਤਾ ਵੀ 33% ਆਬਾਦੀ ਹੈ, ਤੇ ਉਹ ਆਬਾਦੀ ਨੂੰ ਜਿਹੜਾ ਹੈਗਾ ਆਪਣੇ ਵੱਲ ਖਿੱਚਣ ਲਈ, ਕਿਉਂਕਿ ਦੇਖੋ ਦੋ ਚੀਜ਼ਾਂ ਨੇ। ਹੁਣ ਇੱਕ ਸਵਾਲ ਇਹ ਪੁੱਛਿਆ ਜਾਣਾ ਬਣਦਾ ਵੀ ਮੁੱਖ ਮੰਤਰੀ ਹਿੰਦੂ ਵੱਲ ਕਿਉਂ ਨੀ ਧਿਆਨ ਦਿੱਤਾ ਗਿਆ ਜੇ ਇਹੀ ਪੱਤੇ ਖੇਡਦੇ ਨੇ, ਕਿਉਂਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਜਾਣੇ ਲਈ, ਸਰ ਤੁਸੀਂ ਵੀ ਜਾਣਦੇ ਹੋ ਕਿ ਜਿਹੜੀ ਹਿੰਦੂ ਵੋਟ ਹੈ ਨਾ ਉਹ ਆਮ ਤੌਰ ਤੇ ਕਾਂਗਰਸ ਤਾਂ ਰਹੀ ਹੈਗੀ ਆ, ਤੇ ਬੀਜੇਪੀ ਨਾਲ ਜਾਣ ਦੀ ਹਾਲੇ ਕੋਈ ਸੰਭਾਵਨਾ ਹੈ ਨੀ ਜੀ, ਕਿਉਂਕਿ ਜੇ ਆਪਾਂ ਮੰਨ ਵੀ ਲਈਏ ਵੀ ਜਿਹੜੀ ਹਿੰਦੂਆਂ ਦੀ ਆਬਾਦੀ ਦੇ ਵਿੱਚੋਂ ਵੀ 5-7% ਬੀਜੇਪੀ ਪਰ ਨਹੀਂ ਜਾਂਦੀ ਆ, ਪਰ ਉਹ ਦੇਖੋਗੀ ਨਾ ਵੀ ਉਹਦਾ ਕੋਈ ਦਾਅ ਤਾਂ ਹੈ ਨੀ, ਉਹਦੀ ਕੋਈ ਦਾਅ ਤਾਂ ਗੱਲ ਨਹੀਂ ਹੈਗੀ। ਫਿਰ ਆਪਾਂ ਆਪਣੀ ਵੋਟ ਖਰਾਬ ਕਿਉਂ ਕਰੀਏ, ਉਹ ਵੋਟ ਕਾਂਗਰਸ ਨਾਲ ਹੀ ਜਾਂਦੀ ਰਹੀ ਹੈ, ਤੇ ਕਾਂਗਰਸ ਉਹਦੇ ਲਈ ਪੱਤੇ ਵੀ ਖੇਡਦੀ ਰਹੀ ਹੈ ਸਮੇਂ ਸਮੇਂ ਦੇ ਉੱਤੇ ਵੀ ਹਿੰਦੂ ਵੋਟ ਸਾਡੇ ਨਾਲ ਰਹੇ। ਸੋ ਇੱਕ ਤਾਂ ਉਹਨੂੰ ਲੱਗਦਾ ਵੀ ਇਹ ਤਾਂ ਸਾਡੇ ਨਾਲ ਹੈਗੀ ਹੈਗੀ ਹੈ, ਇਹ ਤਾਂ ਹਿੱਲਣੀ ਨੀ ਹੈਗੀ। ਹੁਣ ਜਿਹੜੀ ਵੋਟ ਹਿੱਲੂਗੀ ਉਹ ਵੋਟ ਹਿੱਲੂਗੀ ਦਲਿਤ ਵਾਲੀ ਹੀ ਵੋਟ, ਉਹਨੂੰ ਮਤਲਬ ਉਹ ਕਈ ਪਾਸੇ ਜਾਊਗੀ, ਕਿਉਂਕਿ ਜਾਂਦੀ ਵੀ ਰਹੀ ਆ ਉਹ, ਮਤਲਬ ਅਕਾਲੀ ਦਲ ਕੰਨੀ ਵੀ ਹੋ ਜਾਂਦੀ ਹੈ। ਮੰਨ ਲਓ ਕਿ ਮਾਝੇ ਮਾਲਵੇ ਦੁਆਬੇ 'ਚ ਤੁਸੀਂ ਵੰਡਣਾ ਹੈਗਾ, ਇੱਧਰ ਤੁਹਾਡੇ ਮਾਲਵੇ ਵਿੱਚੋਂ ਉਹ ਅਕਾਲੀ ਦਲ ਕੰਨੀ ਵੀ ਸ਼ਿਫਟ ਹੁੰਦੀ ਰਹੀ ਹੈ, ਕਾਂਗਰਸ ਕੰਨੀ ਵੀ ਹੁੰਦੀ ਰਹੀ ਹੈ, ਇੱਧਰ ਦੁਆਬੇ ਵਾਲੇ ਅੱਜ ਕੱਲ੍ਹ ਥੋੜੇ ਥੋੜੇ ਕਈ ਪਾਸੇ ਵੰਡੇ ਹੋਏ ਹੈਗੇ ਨੇ।
ਦੇਖੋ ਅਸੀਂ ਮੁੱਖ ਮੰਤਰੀ ਬਣਾ ਦਿੱਤਾ, ਹੋਰ ਤਾਂ ਕੋਈ ਮੁੱਖ ਮੰਤਰੀ ਬਣਾਉਂਦੇ ਵੀ ਨੀ ਸੀਗੇ, ਦਾਵਾ ਵੀ ਨੀ ਕੀਤਾ ਸੀ ਕਿਸੇ ਨੇ, ਤਾਂ ਇਹਦਾ ਫਾਇਦਾ ਲਊਗੀ ਇਹ, ਮੈਨੂੰ ਲੱਗਦਾ ਹਾਲ ਦੀ ਘੜੀ ਥੋੜੀ ਜਿਹੀ ਰਾਹਤ ਦਊਗਾ ਕਾਂਗਰਸ ਪਾਰਟੀ ਨੂੰ। ਪਰ ਜੇ ਤੁਸੀਂ ਇਹ ਕਹੋ ਕਿ ਕਾਂਗਰਸ ਪਾਰਟੀ ਦੇ ਸੰਕਟ ਹੱਲ ਹੋ ਗਏ ਇਹਦੇ ਨਾਲ, ਉਹ ਨੀ ਹੋਏ, ਉਹ ਤਾਂ ਹਾਲੇ ਬਥੇਰੇ ਤੁਰੇ ਫਿਰਦੇ ਨੇ, ਮਤਲਬ ਜਿਹੜੇ ਆਪਸ ਵਿੱਚ ਜਿਹੜਾ ਕਲਹਿ ਆ ਨਾ ਇਹਦਾ, ਉਹ ਰਕਾਵਾਂ ਰੌਲੀ ਹੈ, ਉਹ ਹਾਲੇ ਮੁਸ਼ਕਿਲ ਹੈਗੀ ਆ ਜਾਪਦੀ। ਜੇ ਇਹਨੂੰ ਸੈੱਟ ਕਰ ਲੈਣਗੇ ਤਾਂ ਠੀਕ ਰਹਿਣਗੇ, ਨਹੀਂ ਕਰਨਗੇ ਤਾਂ ਫਿਰ ਭਾਈ ਅੱਗੇ ਤੇਰੇ ਭਾਗ ਲੱਛੀਏ। ਨਹੀਂ ਬਿਲਕੁਲ, ਜੇ ਉਹ ਤਾਂ ਭਾਗ ਦੇਖੋ, ਕੋਈ ਵੀ ਚੀਜ਼ ਹੈ ਨੁਕਸਾਨ ਜੇ ਹੁੰਦਾ ਤਾਂ ਸੂਬੇ ਦਾ ਵੀ ਹੁੰਦਾ, ਪਾਰਟੀ ਦਾ ਤਾਂ ਹੋਣਾ ਹੀ ਹੋਣਾ, ਠੀਕ ਹੈ ਨਾ ਜੀ। ਜਿਵੇਂ ਮੈਂ ਕਹਿੰਦਾ ਹੁੰਦਾ, ਕੋਈ ਹੱਟੀ ਬੰਦ ਹੋ ਜਾਵੇ, ਭਾਵੇਂ ਚੰਗੀ ਮੰਦੀ ਚੱਲਦੀ ਹੈ, ਤਾਂ ਨਾਲ ਦਾ ਕੰਪੀਟੀਟਰ ਕੰਮ ਸਮਾਨ ਤਾਂ ਚੰਗਾ ਲਿਆਉਂਦਾ ਹੀ ਹੈ, ਜੋ ਵੀ ਮਰਜ਼ੀ ਕਰੋ। ਪਰ ਇਹ ਜਿਹੜੀ ਉਤਰਾਅ ਚੜ੍ਹਾਅ ਦੀ ਗੱਲ ਆਈ ਹੈ, ਜਿਵੇਂ ਆਪਾਂ ਗੱਲ ਕਰੀਏ ਕਿ ਨਜ਼ਦੀਕੀਆਂ ਜਿਹੜੀਆਂ ਸੀ, ਗੁਆਂਢ ਜਿਹੜਾ ਚੰਨੀ ਨੂੰ ਬੜਾ ਕੰਮ ਆਇਆ ਖਜ਼ਾਨਾ ਮੰਤਰੀ ਦਾ, ਕਹਿੰਦੇ ਜਿਵੇਂ ਦੇਵੇਗੌੜੇ ਦਾ ਨਾਂ ਲਿਆ ਗਿਆ ਸੀ ਇੱਕਦਮ, ਜਦੋਂ ਤੁਹਾਨੂੰ ਯਾਦ ਹੋਣਾ ਜਦੋਂ ਹਰਦਨ ਹੱਲੀ ਦੇਵੇਗੌੜਾ, ਐਚ ਡੀ ਦੇਵੇਗੌੜਾ ਜਦੋਂ ਪ੍ਰਧਾਨ ਮੰਤਰੀ ਬਣੇ ਨੇ, ਹਾਲਾਤ ਕੁਝ ਇੱਥੇ ਤਾਂ ਲੜਾਈ ਸੀ, ਇੱਥੇ ਵੀ ਨਹੀਂ ਚੁਣ ਪਾ ਰਹੇ ਸੀ ਮੁੱਖ ਮੰਤਰੀ, ਉਹ ਵੀ ਕਹਿੰਦੇ ਉੱਥੇ ਪ੍ਰਧਾਨ ਮੰਤਰੀ ਨਹੀਂ ਚੁਣ ਪਾ ਰਹੇ ਸੀ, ਕਹਿੰਦੇ ਫਿਰ ਕਹਿੰਦੇ ਇੱਕਦਮ ਨਾਂ ਸੁਜੈਸਟ ਕਰਤਾ ਮਨਪ੍ਰੀਤ ਸਿੰਘ ਬਾਦਲ ਨੇ, ਗੁਆਂਢ ਮੱਥਾ ਲੱਗਦਾ ਸੀ, ਘਰ ਵੀ ਨੇੜੇ ਸੀ, ਸਾਰਾ ਕੁਛ ਸੀਗਾ, ਅਤੇ ਬਠਿੰਡੇ ਦੇ ਵਿੱਚ ਵੀ ਜਦੋਂ ਮੇਅਰ ਬਣਿਆ ਅਤੇ ਉਦੋਂ ਵੀ ਚੰਨੀ ਸਾਹਿਬ ਹੀ ਇੱਥੇ ਆਏ ਸੀ, ਨਜ਼ਦੀਕੀਆਂ ਕੰਮ ਦੇ ਗਈਆਂ। ਮੈਂ ਤਾਂ ਸਗੋਂ ਐਂ ਦੇਖਦਾ ਕਿ ਉੱਥੇ ਤਾਂ ਕੱਲ੍ਹ ਤਾਂ ਕਾਫੀ ਕੁਛ ਰਿਹਾ, ਕੁਝ ਆਪਣੇ ਮੀਡੀਆ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ। ਇਹ ਤਾਂ ਅੱਧੇ ਤਾਂ ਜੀ ਜਿਹੜੇ ਜਿਨ੍ਹਾਂ ਨੇ ਨਾ ਆਪਦੇ ਪੇਜਾਂ ਦੇ ਵਿਊ ਲੈਣੇ ਸੀ ਨਾ, ਉਹਨਾਂ ਨੇ ਤਾਂ ਲੋਕਾਂ ਦੇ ਘਰੇ ਭੰਗੜੇ ਵੀ ਪਵਾਤੇ, ਭੰਗੜੇ ਵੀ ਪਵਾਤੇ ਆਪਸ ਵਿੱਚ, ਉਹੀ ਧੱਕੇ ਜਾਲੀ ਜਿਹੇ ਸਪੋਟਰ ਲਿਆ ਕੇ ਨਾ ਉਹ ਬੈਸਾਂ ਵੀ ਚਲਾ ਦਿੱਤੀਆਂ ਵੀ ਦੇਖੋ ਜੀ ਸਿੱਧੂ ਦਾ ਸਪੋਟਰ ਐਂ ਲੜਦਾ, ਕੈਪਟਨ ਦਾ ਐਂ ਲੜਦਾ, ਉਹਨਾਂ ਦਾ ਉਹ ਕੰਮ ਚੱਲੀ ਗਿਆ। ਸੋ ਕੁਛ ਤਾਂ ਫੀਲਿੰਗ ਆਪਣੇ ਲੋਕਾਂ ਨੇ ਦਵਾਤੀ, ਆਪਣੇ ਭਾਈਚਾਰੇ ਵਾਲਿਆਂ ਨੇ ਉਹਨਾਂ ਨੂੰ, ਹੈ ਨਾ, ਜਿਹਨਾਂ ਨੂੰ ਆਸ ਵੀ ਨਹੀਂ ਸੀ ਉਹਨਾਂ ਨੇ ਵੀ ਦਵਾਤੀ। ਸੋ ਹਾਲਾਂਕਿ ਇਹਦੇ ਵਿੱਚ ਠੀਕ ਹੈ ਕਿ ਦਾਅਵੇਦਾਰ ਤਾਂ ਬਥੇਰੇ ਸੀ, ਕਾਂਗਰਸ ਪਾਰਟੀ ਨੂੰ ਵੀ ਇਹ ਸੀਗਾ ਵੀ ਹੁਣ ਕਿਵੇਂ ਕੀਤਾ ਜਾਵੇ, ਪਰ ਉਹਨਾਂ ਨੇ ਗਿਣਤੀਆਂ ਮਿਣਤੀਆਂ ਜਿਹੜੀਆਂ ਸਾਰੀਆਂ ਕੀਤੀਆਂ ਹੋਣਗੀਆਂ, ਮਤਲਬ ਇਹ ਵੀ ਨਹੀਂ ਹੋਊ ਵੀ ਮਨਪ੍ਰੀਤ ਦੀ ਕਹੀ ਗੱਲ ਮੰਨ ਲਈ ਹੋ ਜਾਂ ਸਿੱਧੂ ਦੀ ਕਹੀ ਹੋਈ ਗੱਲ ਮੰਨ ਲਈ ਹੋ, ਉਹਦੇ ਵਿੱਚ ਜੋੜ ਤੋੜ ਸਾਰੇ ਆ ਹੀ ਰਹੇ ਹੁਣ ਜਿਹੜੇ ਆਪਾਂ ਗੱਲ ਕਰ ਲਓ ਨਾ, ਵੀ ਜੇ ਆਪਾਂ ਦਲਿਤ ਨੂੰ ਬਣਾਉਂਦੇ ਹਾਂ ਮੁੱਖ ਮੰਤਰੀ, ਉਹਦਾ ਸਾਨੂੰ ਕੀ ਫਾਇਦਾ ਹੁੰਦਾ ਕਿ ਚੱਲ ਕੇ, ਫਿਰ ਉਹ ਫਾਇਦਾ ਇਕੱਲਾ ਵੀ ਪੰਜਾਬ 'ਚ ਨਹੀਂ ਦਿਖਦਾ ਸੀ ਇਕੱਲੇ 'ਚ, ਪੰਜਾਬ ਤੋਂ ਬਿਨਾਂ ਯੂਪੀ 'ਚ ਵੀ ਦਿੰਦਾ ਸੀਗਾ, ਕਿਉਂਕਿ 22% ਆਬਾਦੀ ਭਾਈ ਸਾਹਿਬ ਉੱਥੇ ਵੀ ਹੈਗੀ ਹੈ, ਉਹ 22% ਵੋਟ ਹੈ ਜਿਹੜੀ, ਉਹ ਕੀ ਹਾਲਾਤ ਬਣਾਉਂਦੀ ਹੈ ਯੂਪੀ ਦੇ, ਉਹ ਵੀ ਇਹ ਸੋਚਦੇ ਹੈਗੇ ਨੇ, ਕਿਉਂਕਿ ਜੇ ਮੰਨ ਲਓ ਮੋਰਚੇ ਨੇ ਬਣਾਉਣਾ ਉੱਥੇ ਜਾ ਕੇ ਅਖਿਲੇਸ਼ ਨਾਲ ਜਾਂ ਕਿਸੇ ਨਾਲ ਵੀ ਬਣੇਗਾ ਇਹਨਾਂ ਦਾ, ਉੱਥੇ ਇਹਨਾਂ ਨੂੰ ਲੱਗਦਾ ਹੈਗਾ ਕਿ ਅਸੀਂ ਜਿਹੜਾ ਯੋਗੀ ਨੂੰ ਤਾਂ ਮੈਸੇਜ ਦੇ ਸਕਦੇ, ਕਿਉਂਕਿ ਕਾਂਗਰਸ ਦੀ ਕੋਸ਼ਿਸ਼ ਹੈ ਵੀ ਯੂਪੀ ਥੋੜ੍ਹੇ ਇੰਪਰੂਵ ਕੀਤਾ ਜਾਵੇ, ਜੀ ਕਮਜ਼ੋਰ ਹੋਈ ਆ, ਪਿਛਲੇ ਸਮੇਂ 'ਚ ਉਹਨੇ ਹਾਲਤ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਹੈਗੀ ਆ, ਉਹ ਮਤਲਬ ਚੀਜ਼ਾਂ ਇਹ ਵੀ ਹੈਗੀ, ਉੱਤਰਾਖੰਡ ਵੀ ਦਿਖਦਾ ਹੋਏਗਾ ਆਉਂਦੇ ਸਮੇਂ ਦੇ ਵਿੱਚ, ਹੈ ਤਾਂ ਇਹ ਚੀਜ਼ਾਂ ਹੈਗੀਆਂ ਨੇ। ਇਹਦੇ ਨਾਲ ਮਤਲਬ ਕਾਂਗਰਸ ਪਾਰਟੀ ਨੇ ਪੰਜਾਬ ਹੀ ਨਹੀਂ ਸਰਕੇ ਨਾ, ਹੋਰਨਾਂ ਪਾਸੇ ਵੀ ਜਿਹੜਾ ਇਹਨੂੰ ਵੱਡੇ ਪੱਧਰ 'ਤੇ ਉਹ ਦੇਖ ਰਹੀ ਸੀ। ਜੀ ਜੀ, ਇਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਾਂਗਰਸ ਦਾ ਬਿਆਨ ਆਇਆ, ਕਹਿੰਦੇ ਅਸੀਂ ਦਲਿਤ ਮੁੱਖ ਮੰਤਰੀ ਬਣਾਤਾ ਕਿਉਂਕਿ ਤੁਸੀਂ ਤਾਂ ਕਹਿੰਦੇ ਸਵਰਨ ਜਾਤੀ ਦੀ ਸਰਕਾਰ ਹੋ, ਤਾਂ ਤੁਹਾਡੀ ਢਿੱਡ ਪੀੜ ਹੁੰਦੀ ਹੈ। ਕਾਂਗਰਸ ਪਾਰਟੀ ਕਹੇਗੀ ਇਸ ਨੂੰ ਹੁਣ ਸ਼ੁਰੂ ਕਰ ਦੇਣਾ ਹੈਗਾ, ਤਾਂ ਮਸਲਾ ਉਹੀ ਹੈ ਕਿ ਜਦੋਂ ਆਪਾਂ ਨਾ ਦੇਖਾਂਗੇ ਆ ਕਿ ਇਹਨਾਂ ਨੇ ਸਾਰਿਆਂ ਨੇ ਇਹਨੂੰ ਉਹਦਾ ਪਹਿਲਾਂ ਮੁੱਲ ਵੱਟਦੇ ਨੇ ਨਾ ਕਰ ਦਿੱਤਾ, ਹੁਣ ਦੂਜੇ ਕਹਿਣਗੇ ਤੁਸੀਂ 3 ਮਹੀਨੇ ਲਈ ਬਣਾਇਆ ਵੀ ਇਹਨੂੰ ਪੱਕੇ ਤੌਰ ਤੇ ਕਿਉਂ ਨੀ ਬਣਾਇਆ, ਹੁਣ ਜਿਵੇਂ ਹਰੀਸ਼ ਰਾਵਤ ਨੇ ਐਸੀ ਟੀਮ ਨੂੰ ਬਿਆਨ ਦਿੱਤਾ ਕਿ ਚਿਹਰਾ ਜਿਹੜਾ ਹੈਗਾ ਉਹ ਤਾਂ ਜੀ ਸਿੱਧੂ ਹੋਊਗਾ, ਉੱਧਰੋਂ ਸੁਨੀਲ ਜਾਖੜਾ ਔਖਾ ਹੋ ਗਿਆ, ਕਹਿੰਦਾ ਵੀ ਤੂੰ ਹੁਣੇ ਕੌਣ ਹੁੰਦਾ, ਹੁਣੇ ਕਹਿਣ ਵਾਲਾ, ਹੁਣੇ ਕਹਿ ਕੇ ਤੇ ਤੂੰ ਜਿਹੜਾ ਨਵਾਂ ਬਣਿਆ ਹੋਇਆ ਮੁੱਖ ਮੰਤਰੀ ਆ ਉਹਦੀ ਵੀ ਉਹ ਤੌਹੀਨ ਕਰ ਰਿਹਾ ਹੈਗਾ। ਗੱਲ ਵੀ ਉਹਦੀ ਸਹੀ ਹੈ, ਕਿਉਂਕਿ ਇਹਦਾ ਜਦੋਂ ਹਰੀਸ਼ ਰਾਵਤ ਦੇ ਇਸ ਤਰ੍ਹਾਂ ਦੇ ਬਿਆਨ ਸੀ, ਇਦੋਂ ਪਹਿਲਾਂ ਉਹਨੇ ਕਹਿਤਾ ਸੀ ਵੀ ਕੈਪਟਨ ਸਾਹਿਬ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ, ਉਦੋਂ ਵੀ ਉਹਦੀ ਝਾੜ ਝੰਬ ਹੋਈ ਸੀ, ਹੁਣ ਪਤਾ ਨਹੀਂ ਉਹਨਾਂ ਨੇ ਇੰਚਾਰਜ ਕਿਹੋ ਜਿਹਾ ਲਾਇਆ ਹੋਇਆ, ਹਾਲਾਂਕਿ ਇੰਚਾਰਜ ਨੂੰ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ। ਜੋ ਸਭ ਤੋਂ ਚੀਜ਼ ਵੱਡੀ ਹੈ ਨਾ ਦੇਖਣ ਵਾਲੀ, ਜਿਹੜੀ ਪੰਜਾਬੀਆਂ ਨੂੰ ਸੁਚੇਤ ਹੋਣ ਵਾਲੀ ਆ, ਕਿ ਹੁਣ ਡਰਾਮਾ ਚੱਲ ਪੈਣਾ ਹੈਗਾ, ਬਾਕੀ ਪਾਰਟੀਆਂ ਦਾ ਵੀ ਚੱਲਣਾ ਹੈਗਾ, ਇਹਦੇ ਵਿੱਚ ਇਹਨਾਂ ਦੀ ਕੋਸ਼ਿਸ਼ ਇਹ ਹੈਗੀ ਹੈ, ਕਿਉਂਕਿ ਇਹਨਾਂ ਨੇ ਸਾਰਾ ਜੋੜ ਤੋੜਨਾ ਹੀ ਆਪਣਾ ਸਿਸਟਮ ਕਰਨਾ, ਇਹ ਜੋੜ ਤੋੜ ਵਾਲਾ ਸਿਸਟਮ ਤੁਹਾਡੀ ਜਿਹੜੀ ਪਿੰਡਾਂ ਦੀ ਜਿਹੜੀ ਸਾਂਝ ਹੈ ਭਾਈਚਾਰਕ ਸਾਂਝ, ਉਹਨੂੰ ਨਾ ਤੋੜੇ, ਕਿਉਂਕਿ ਜਦੋਂ ਤੁਸੀਂ ਕਿਸਾਨ ਅੰਦੋਲਨ ਵਿੱਚ ਹੁੰਦੇ ਹੋ, ਉਦੋਂ ਚਾਹੇ ਤੁਸੀਂ ਅਕਾਲੀ ਹੁੰਦੇ ਹੋ, ਕਾਂਗਰਸੀ ਹੁੰਦੇ, ਇਕੱਠੇ ਹੋਣਗੇ, ਤੁਹਾਨੂੰ ਲੱਗਦਾ ਹੁੰਦਾ ਅਸੀਂ ਫਲਾਨੀ ਫਾਈਟ ਲੜਦੇ ਹਾਂ, ਇਹ ਆ ਗਏ ਆਪੋ ਆਪਣੀ ਡਫਲੀ ਵਜਾਉਂਦੇ ਨੇ, ਡਫਲੀ ਵਜਾ ਕੇ ਫਿਰ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। ਇਹ ਸਭ ਤੋਂ ਵੱਡਾ ਚੈਲੰਜ ਹੋਊਗਾ ਉਹਨਾਂ ਲੋਕਾਂ ਲਈ ਜਿਹਨਾਂ ਨੇ ਮੋਰਚੇ ਨੂੰ ਚਲਾਉਣਾ ਵਾ, ਜਿਹਨਾਂ ਨੇ ਅੱਗੇ ਜਿਹੜਾ ਹੈਗਾ ਆਪਣੀ ਜਿਹੜੀ ਹੈਗਾ ਸੰਘਰਸ਼ ਲੜਨਾ, ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ। ਨਹੀਂ ਇਹ ਤਾਂ ਤੋੜਨ ਨੂੰ ਬੈਠੇ ਹੈਗੇ ਜੀ, ਕੀ ਮਿਲਦੀ ਆ ਕਿ ਲੋਕਤੰਤਰ ਵਿੱਚ ਪਾਰਟੀਆਂ ਲੋਕਾਂ ਨੂੰ ਤੋੜਦੀਆਂ ਨੇ ਤੇ ਲੋਕਾਂ ਦੇ ਅੰਦੋਲਨ ਜੋੜਦੇ ਨੇ।
ਇਹ ਤਾਂ ਬਿਲਕੁਲ ਹੈ ਕਿ ਜੇ ਪਿੱਛੇ ਗੱਲ ਕਰੀਏ ਤਾਂ ਪੰਜਾਬ ਭਾਰਤ ਦੇ ਵਿੱਚ ਹੀ ਇਹੀ ਮਾਹੌਲ ਕ੍ਰੀਏਟ ਕੀਤਾ ਜਾਂਦਾ ਵੀ ਕੰਮ ਕਰੋ ਨਾ, ਤੋੜ ਮਰੋੜ ਕੇ ਲੋਕਾਂ ਨੂੰ ਡਰਾ ਧਮਕਾ ਕੇ ਧਰਮ ਦਾ ਕੈਪਸੂਲ ਖਵਾ ਕੇ ਆਪਦੀ ਸਰਕਾਰ ਬਣਾਓ, ਡਰ ਪੈਦਾ ਕਰੋ ਵੀ ਦਲਿਤ ਖਤਰੇ 'ਚ ਹੈ, ਸਿੱਖ ਪੰਥ ਖਤਰੇ 'ਚ ਹੈ, ਹਿੰਦੂ ਖਤਰੇ 'ਚ ਹੈ, ਮੁਸਲਮਾਨ ਖਤਰੇ 'ਚ ਹੈ, ਜੇ ਸਾਰੇ ਖਤਰੇ 'ਚ ਹੈ ਫਿਰ ਤਾਂ ਦੇਸ਼ ਵੀ ਖਤਰੇ 'ਚ ਹੈ। ਇੱਥੋਂ ਨਾ ਇੱਕ ਚੀਜ਼ ਹੋਰ ਸਮਝਣ ਦੀ ਵੀ ਲੋੜ ਹੈ, ਜਿਵੇਂ ਨਾ ਕਈ ਬੰਦਿਆਂ ਨੂੰ ਇੱਕ ਹੁੰਦਾ ਕਿ ਵੀ ਸਾਡੇ ਭਾਈਚਾਰੇ ਦਾ ਬੰਦਾ, ਸਾਡੇ ਧਰਮ ਦਾ ਬੰਦਾ, ਸਾਡੀ ਨਸਲ ਦਾ ਬੰਦਾ, ਸਾਡੇ ਕਬੀਲੇ ਦਾ ਬੰਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਗਿਆ, ਉਹਨਾਂ ਦੀ ਜੀਵਨ ਸੁਧਰ ਜੂ, ਪੌਂਦਾ ਹੋ ਜਾਣਗੀਆਂ। ਦੇਖੋ ਦੋ ਚੀਜ਼ਾਂ, ਇੱਕ ਤਾਂ ਹੈਗਾ ਵੀ ਜਦੋਂ ਏਡਾ ਵੱਡਾ ਮੁਲਕ ਆ ਉਹਦੇ ਵਿੱਚ ਨਾ ਪ੍ਰਤੀਨਿਧਤਾ ਮਿਲਣ ਦੀ ਗੱਲ ਆ, ਹਾਂ ਪ੍ਰਤੀਨਿਧਤਾ ਤਾਂ ਮਿਲਣੀ ਚਾਹੀਦੀ ਹੈ ਜੀ, ਉਹਦੇ ਵਿੱਚ ਮਤਲਬ ਕੋਈ ਸ਼ੱਕ ਨਹੀਂ ਹੈਗਾ, ਉਹਨੂੰ ਦਿਓ ਤੁਸੀਂ। ਜੇ ਮਤਲਬ ਹੁਣ ਤੱਕ ਪੰਜਾਬ ਦੇ ਵਿੱਚ ਕੋਈ ਦਲਿਤ ਨਹੀਂ ਬਣਿਆ, ਬਣਨਾ ਚਾਹੀਦਾ ਤਾਂ ਸਵਾਗਤ ਕਰਨਾ ਬਣਦਾ ਉਸ ਐਂਗਲ ਤੋਂ, ਕੋਈ ਮੁੱਖ ਹਿੰਦੂ ਨਹੀਂ ਬਣਿਆ ਦੋ ਜੀ ਬਣਾਓ ਸਵਾਗਤ ਕਰਨਾ ਬਣਦਾ। ਪਰ ਜੇਕਰ ਕੋਈ ਇਹ ਭਰਮ ਪਾਲ ਲਵੇ ਵੀ ਇੰਜ ਕਰਕੇ ਕੋਈ ਉਹਨਾਂ ਦੀ ਜੀਵਨ ਪੱਧਰ ਸਵਰ ਜੂਗਾ, ਇਹ ਗਲਤ ਹੈ। ਡਾਕਟਰ ਮਨਮੋਹਨ ਸਿੰਘ ਬਣਿਆ ਸੀ, ਬਹੁਤੇ ਸਿੱਖਾਂ ਨੇ ਭਰਮ ਪਾਲ ਲਿਆ ਕਿ ਦੇਖੋ ਜੀ ਸਾਡੇ ਤਾਂ ਬਹੁਤ ਕੁਛ ਹੋ ਜੂਗਾ, ਪਰ ਉਹ ਤਾਂ ਕਾਰਪੋਰੇਟਾਂ ਦਾ ਬੰਦਾ ਸੀਗਾ, ਉਹਨਾਂ ਨੇ ਉਹਦੇ ਪੱਖ ਪੂਰੇ ਹੈਗੇ ਨੇ। ਮਾਇਆਵਤੀ ਬਣੀ ਸੀ, ਕਿੰਨੀ ਵਾਰ ਬਣ ਗਈ ਯੂਪੀ ਦੀ, ਉਹਨਾਂ ਨੂੰ ਦਲਿਤਾਂ ਦਾ ਤਾਂ ਕੁਛ ਨੀ ਹੋਇਆ, ਉਹਨੇ ਆਪਣੇ ਘਰੇ ਤਕੜੇ ਤਕੜੇ ਬੈੱਡ ਰੱਖ ਲਏ, ਤਕੜੇ ਤਕੜੇ ਬੁੱਤ ਲਵਾ ਲਏ, ਚੰਗੇ ਚੰਗੇ ਜਿਹੜੇ ਹੈਗੇ ਪੈਸਾ ਬਟੋਰ ਲਿਆਉਣੇ। ਤੇ ਇਸ ਤੋਂ ਬਿਨਾਂ ਜਿਹੜਾ ਹਿੰਦੂਆਂ ਨੂੰ ਸੀਗਾ ਵੀ ਹਿੰਦੂ ਰਾਜ ਆਊਗਾ ਮੋਦੀ ਨਾਲ, ਹਿੰਦੂ ਰਾਜ ਤਾਂ ਕੁਛ ਨੀ ਆਇਆ, ਪਰ ਉਹਨਾਂ ਦੇ ਘਰੋਂ ਜਿਹੜਾ ਪੈਸਾ ਘੱਟ ਗਿਆ ਤੇ ਬਹੁਤੇ ਜਿਹੜੇ ਬੇਚਾਰੇ ਸੀਗੇ ਆਹ ਆਪਣੇ ਤਬਕੇ ਦੇ ਲੋਕ ਸੀ ਉਹਨਾਂ ਨੂੰ ਤਾਂ ਵੈਸੇ ਹੀ ਉਹਨਾਂ ਦਾ ਰੁਜ਼ਗਾਰ ਖੁੱਸ ਗਿਆ। ਸੋ ਕਹਿਣ ਦਾ, ਕਿਉਂਕਿ ਉਹਦਾ ਕਾਰਨ ਹੈ, ਕਿਉਂਕਿ ਬੰਦਾ ਆਪਣੇ ਆਪ ਚ ਨੀ ਕੁਛ ਕਰਦਾ, ਕਿਉਂਕਿ ਉਹ ਸਿਸਟਮ ਹੁੰਦਾ, ਉਹ ਸਿਸਟਮ ਨੂੰ ਕਿਹੜੀਆਂ ਤਾਕਤਾਂ ਚਲਾਉਂਦੀਆਂ ਹੈਗੀਆਂ ਨੇ, ਉਸ ਨੂੰ ਉਸ ਪ੍ਰਬੰਧ ਨੂੰ ਕੌਣ ਚਲਾਉਂਦਾ ਹੈਗਾ, ਉਹ ਚੀਜ਼ ਜਾਣੇ। ਹੁਣ ਵੈਸੇ ਚੰਨੀ ਦੀ ਤਾਂ ਬਿਲਕੁਲ ਹਾਲਤ ਮਾੜੀ ਹੈ, ਉਹ ਤਾਂ ਬੇਚਾਰਾ ਪਹਿਲਾਂ ਤਾਂ ਆਪਣੇ ਲੀਡਰਾਂ ਵੱਲ ਦੇਖੂਗਾ, ਫਿਰ ਉੱਤੇ ਵਾਲਿਆਂ ਵੱਲ ਦੇਖੂਗਾ। ਜਦਕਿ ਮੈਂ ਤਾਂ ਇੱਥੋਂ ਤੱਕ ਕਹਿੰਦਾ ਜਿਵੇਂ ਮੋਦੀ ਵੀ ਹੈ ਜਿਹਨੂੰ ਬਹੁਤ ਪਾਵਰਫੁਲ ਕਹਿੰਦੇ ਹੋ, ਹੁਣ ਜਿਹੜਾ ਬੰਦਾ ਅੰਬਾਨੀਆਂ ਦੇ ਜਹਾਜ਼ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰਦਾ, ਹੁਣ ਅੰਬਾਨੀ ਤੁਹਾਨੂੰ ਤੇ ਮੈਨੂੰ ਤੇ ਜਹਾਜ਼ ਝੂਟੀ ਦਵਾਉਂਦੇ ਨੀ, ਵੀ ਉਹਨੂੰ ਕਿਉਂ ਦਵਾਉਂਦੇ ਨੇ। ਸੋ ਕਹਿਣਾ ਇੱਥੋਂ ਸਿੱਖਣ ਦੀ ਗੱਲ ਹੈਗੀ ਹੈ, ਸਮਝਣ ਦੀ ਗੱਲ ਹੈ ਕਿ ਜੇ ਕੋਈ ਬੰਦਾ ਇਹ ਭਰਮ ਪਾਲੇ ਵੀ ਉਹਨਾਂ ਦੇ ਕਬੀਲੇ ਦਾ ਧਰਮ ਦਾ ਵਿਸ਼ਵਾਸ ਦਾ ਬੰਦਾ ਆ ਕੇ ਉਹਨਾਂ ਦੀ ਜੂਨ ਸਵਾਰ ਦੇਗਾ, ਗਲਤ ਹੈ ਉਹ। ਗੱਲ ਹੈ ਕਿ ਸਿਸਟਮ ਕਿਹੜਾ ਹੈ, ਸਿਸਟਮ ਬਣ ਚੁੱਕਾ, ਸਿਸਟਮ ਨੂੰ ਬਦਲਣ ਤੇ ਬੜਾ ਟਾਈਮ ਲੱਗਦਾ ਨਾ ਜੀ, ਸਿਸਟਮ ਨੂੰ ਚੇਂਜ ਕਰਨ ਦੇ ਲਈ ਵੀ ਬਹੁਤ ਆਪਣੇ ਆਪ ਦੇ ਵਿੱਚ ਜ਼ੁਰਤ ਚਾਹੀਦੀ ਹੈ, ਸਟਰੈਂਥ ਚਾਹੀਦੀ ਹੈ। ਪਰ ਜਿਵੇਂ ਅੱਜ ਬਿਆਨ ਦਿੱਤੇ ਨੇ, ਮੈਂ ਸੁਣ ਰਿਹਾ ਸੀਗਾ ਚੰਨੀ ਸਾਹਿਬ ਦੇ ਬਿਆਨ, ਪਰ ਹੁਣੇ ਉਹਨਾਂ ਨੇ ਕਹਿ ਦਿੱਤਾ ਇੱਕ ਤਾਂ ਹੁਣ ਸਰ ਫੈਸਲਾ ਕਰਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ 15% ਵਾਧਾ, DA 'ਚ ਵੀ ਵਾਧਾ, ਹੈਂਜੀ ਇਹ ਤਾਂ ਪਹਿਲੇ ਦਿਨ ਹੀ ਐਲਾਨ ਕਰ ਦਿੱਤਾ। ਬਾਕੀ ਐਲਾਨ ਜਿਹੜਾ ਉਹਨਾਂ ਨੇ ਜਿਵੇਂ ਮਾਫੀਏ ਦੇ ਉੱਤੇ ਕੀਤਾ ਜਾਂ ਹੋਰ ਐਲਾਨ ਕੀਤੇ ਨੇ, ਗਰੀਬਾਂ ਦੀ ਗੱਲ ਕੀਤੀ ਹੈ ਵੀ ਜੇ ਕਿਸਾਨ ਦਾ ਖੇਤ ਦਾ ਪਾਣੀ ਮੁਫ਼ਤ ਹੋ ਸਕਦਾ ਤਾਂ ਗਰੀਬ ਦੇ ਪੀਣ ਵਾਲਾ ਪਾਣੀ ਵੀ ਮੁਫ਼ਤ ਹੋ ਸਕਦਾ। ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂ ਪ੍ਰਵਚਨ ਚੱਲਣਗੇ ਆਲੇ ਮੁੱਖ ਮੰਤਰੀ ਦੇ, ਦੂਜੇ ਐਲਾਨ ਚੱਲਣਗੇ, ਕਿਉਂਕਿ 3 ਕੁ ਮਹੀਨੇ ਹੁੰਦੇ ਇਹਦੇ ਵਿੱਚ ਮਾੜਾ ਮੋਟਾ ਕੰਮ ਤੁਸੀਂ ਕਰਕੇ ਦਿਖਾ ਵੀ ਸਕਦੇ ਹੋ, 3 ਮਹੀਨੇ ਬਾਅਦ ਜਾਬਤਾ ਲਾਗੂ ਹੋ ਜਾਣਾ, ਫਿਰ ਇਹਨੂੰ ਲੌਂਗ ਟਾਈਮ ਤੁਸੀਂ ਨਿਭਾਉਣਾ ਨਹੀਂ ਹੁੰਦਾ। ਸਾਰੀਆਂ ਪਾਰਟੀਆਂ ਐਂ ਕਰਦੀਆਂ ਨੇ, ਸਰਕਾਰਾਂ ਪਹਿਲਾਂ ਵੀ ਐਂ ਕਰਦੀਆਂ ਵੀ 3 ਕੁ ਮਹੀਨੇ ਤੁਹਾਨੂੰ ਸੁਰਗ ਦੇ ਨਜ਼ਾਰੇ ਜੇ ਦੇ ਦਿੰਦੀਆਂ ਨੇ, ਤੇ ਲੋਕ ਉਹ ਬੇਨਤੀ ਕਰਦੇ ਨੇ ਕਿ ਦੇਖੋ ਜੀ ਆਹ ਚੋਣਾਂ ਤਾਂ ਰੋਜ਼ ਹੀ ਆ ਜਾਇਆ ਕਰਨ, ਚੋਣਾਂ ਸਮੇਂ ਲੋਕ ਕੰਮ ਕਰਦੇ ਹੈਗੇ ਨੇ, ਹੈ ਇਹ ਅਕਾਲੀ ਦਲ ਵੀ ਕਰਦਾ ਰਿਹਾ ਵੀ ਇਦੂ ਪਹਿਲਾਂ ਅਮਰਿੰਦਰ ਸਿੰਘ ਵੀ ਕਰਦਾ ਰਿਹਾ ਇਹ, ਪਰ ਆਹ 2-3 ਮਹੀਨੇ ਜੇ ਅਜਿਹੀਆਂ ਗੱਲਾਂ ਹੋਣਗੀਆਂ, ਕਿਉਂਕਿ ਉਹਦਾ ਕਾਰਨ ਹੈ ਨਾ ਕੈਪਟਨ ਬਦਨਾਮ ਹੋ ਗਿਆ ਸੀ ਚਿਹਰਾ, ਵੀ ਕੋਈ ਫਿਰ ਨਵਾਂ ਮੁੱਖ ਮੰਤਰੀ ਚਾਹੀਦਾ ਸੀ, ਜੇ ਇੱਕਦਮ ਸਿੱਧੂ ਆਉਂਦਾ ਤਾਂ ਉਹਨੇ ਛੇਤੀ ਐਕਸਪੋਜ਼ ਹੋ ਜਾਣਾ ਸੀਗਾ। ਹਾਂ ਸਿੱਧੂ ਨੇ ਗੱਲਾਂ ਵਾਲੀਆਂ ਕੀਤੀਆਂ ਸੀ, ਉਹ ਗੱਲ ਪੂਰੀ ਸਿਰੇ ਚੜ੍ਹਨੀ ਨਹੀਂ ਸੀ, ਐਕਸਪੈਕਟੇਸ਼ਨਸ ਵੱਧ ਸੀ। ਹਾਂ ਹਾਂ ਇੱਥੇ ਹੁਣ ਇੱਕ ਭਰਮ ਕਰੇ, ਹੈਲੋ 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 ਸ਼ਿਵਿੰਦਰ ਜੀ, ਥੋੜਾ ਜਿਹਾ ਆਵਾਜ਼ ਫੇਰ ਟੁੱਟਣ ਲੱਗ ਪਈ। ਹਾਂਜੀ ਹਾਂਜੀ ਹਾਂਜੀ, ਇਹ ਅਸਲ ਵਿੱਚ ਉਹੀ ਹੈ ਵੀ ਚੋਣਾਂ ਦੇ ਨੇੜੇ ਆ ਕੇ ਕੀਤੇ ਹੋਏ ਕੰਮ ਹੈਗੇ ਨੇ ਇਹਨਾਂ ਨੇ, ਮਤਲਬ ਲੌਂਗ ਟਾਈਮ ਚੱਲਣ ਵਾਲੀਆਂ ਕੋਈ ਗੱਲਾਂ ਨਹੀਂ ਹੈਗੀਆਂ ਇਹ। ਹਾਂ ਅੱਛਾ, ਇੱਕ ਜੀ ਮੈਨੂੰ ਦੱਸੋ ਕਿ ਕੈਬਨਿਟ ਕਿਸ ਤਰ੍ਹਾਂ ਦੀ ਹੋਊਗੀ। ਦੇਖੋ ਮੈਂ ਕਈ ਨੋਟ ਕਰ ਰਿਹਾ, ਰਕੇਸ਼ ਪਾਂਡੇ ਬਹੁਤ ਪੁਰਾਣੇ MLA ਨੇ, ਗੱਲ ਕਰੀਏ ਉਹਨਾਂ ਨੂੰ ਕਿਤੇ ਨਹੀਂ ਮਿਲੀ। ਹੁਣ ਇਹਦੇ ਵਿੱਚ ਪ੍ਰਗਟ ਸਿੰਘ ਦਾ ਕੀ ਦਾਅ ਲੱਗ ਸਕਦਾ? ਹੈਰਾਨੀ ਦੀ ਗੱਲ ਇਹ ਹੈ ਕਿਉਂਕਿ ਇੱਕ ਚੀਜ਼ ਇਹ ਵੀ ਦੇਖਣ ਵਾਲੀ ਹੈ ਕਿ ਕਾਂਗਰਸ ਦਲ ਬਦਲੂ ਜਿਹੜੇ ਬਾਹਰੋਂ ਆਏ ਨੇ, ਟਰਨਕੋਟਸ ਕਿਹਾ ਜਾਂਦਾ, ਉਹਨਾਂ ਨੂੰ ਕਿੰਨੀ ਰਿਪ੍ਰਜੈਂਟੇਟਿਵ ਦਿੰਦੀ ਹੈ ਮੰਤਰੀ ਮੰਡਲ ਦੇ ਵਿੱਚ, ਇਹ ਵੀ ਵੇਖਣ ਵਾਲੀ ਗੱਲ ਹੈ ਕਿਉਂਕਿ ਪ੍ਰਗਟ ਸਿੰਘ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ। ਠੀਕ ਹੈ ਜੀ, ਉਹਨਾਂ ਨੂੰ ਮਿਲੂਗੀ, ਰਾਜਾ ਵੜਿੰਗ ਪੁਰਾਣੇ ਨੇ, ਰਜੀਆ ਸੁਲਤਾਨਾ ਅੰਡਰਸਟੂਡ ਹੈ ਕਿਉਂਕਿ ਉਹਨਾਂ ਦੇ ਘਰ ਵਾਲੇ ਬੜੇ ਨਜ਼ਦੀਕ ਨੇ, ਸਿੱਧੂ ਸਾਹਿਬ ਦੇ ਰਾਜਕੁਮਾਰ ਵੇਰਕਾ, ਪਹਿਲਾਂ ਵੀ ਕੈਪਟਨ ਸਾਹਿਬ ਵੇਲੇ ਵੀ ਗੱਲ ਚੱਲੀ, ਉਹਨਾਂ ਦਾ ਨਾਂ ਵੀ ਮੇਰੇ ਮੁਤਾਬਕ ਅੱਗੇ ਆ ਰਿਹਾ।
ਸੋ ਬਾਕੀ ਪੁਰਾਣਿਆਂ ਦੇ ਵਿੱਚੋਂ ਤਖ਼ਤਾ ਪਲਟ ਜਿਹੜੇ ਹੈਗੇ ਨੇ ਸੁਖਵਿੰਦਰ ਸਿੰਘ ਸੁੱਖ ਸਰਕਾਰ ਗਿਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਦੋ ਬੰਦੇ ਤਾਂ ਚਲੋ, ਇੱਕ ਤਾਂ ਅਹਿਮ ਵਿਅਕਤੀ ਜਿਹੜਾ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਉਹ ਡਿਪਟੀ ਮੁੱਖ ਮੰਤਰੀ ਬਣ ਗਏ, ਹੁਣ ਦੇਖਣਾ ਕੀ ਉਹਨਾਂ ਨੂੰ ਗ੍ਰਹਿ ਵਿਭਾਗ ਮਿਲਦਾ, ਕਿਉਂਕਿ ਗ੍ਰਹਿ ਵਿਭਾਗ ਜੇਕਰ ਬਿਨਾਂ ਮੁੱਖ ਮੰਤਰੀ ਤੋਂ ਰਿਹਾ ਤਾਂ ਸਿਰਫ ਅੱਜ ਤੱਕ ਇੱਕ ਵਿਅਕਤੀ ਕੋਲ ਕਾਂਗਰਸ 'ਚ ਰਿਹਾ, ਉਹ ਹਰਚਰਨ ਸਿੰਘ ਬਰਾੜ ਦੀ ਸਰਕਾਰ ਵੇਲੇ ਮਿਸਟਰ ਲਾਲੀ ਸੀਗੇ ਇੱਥੋਂ ਸੁਲਤਾਨਪੁਰ ਲੋਧੀ ਤੋਂ ਕਿ ਇੱਥੋਂ ਮੰਤ ਜਿਹੜੇ ਰਿਪ੍ਰੈਜੈਂਟ ਕਰਦੇ ਸੀ ਜੀ, ਕਿਹੋ ਜਿਹਾ ਚਿਹਰਾ ਰਹਿ ਸਕਦਾ? ਬਰਗਾੜੀ ਜਿਸ ਦੇ ਉੱਤੇ ਮੈਂ ਇਹ ਗੱਲ ਬਗਾਵਤ ਕੀਤੀ ਹੈ ਤੇ ਮੇਰਾ ਮਕਸਦ ਵੀ ਇਹਨਾਂ ਦਿਨਾਂ ਦੇ ਵਿੱਚ ਬਰਗਾੜੀ ਮਸਲੇ ਨੂੰ ਜਿਹੜਾ ਸਿਰੇ ਲਾਉਣਾ, ਕਿਉਂਕਿ ਜੋ ਇਹਨਾਂ ਦੇ ਮੇਨ ਏਜੰਡੇ ਸੀ ਨਾ ਕਾਂਗਰਸ ਨੇ ਉਦੋਂ ਕੈਪਟਨ ਨੂੰ ਵੀ ਦਿੱਤੇ ਸੀਗੇ, ਉਹਨਾਂ ਵਿੱਚ ਚੀਜ਼ਾਂ ਇਹੀ ਸੀਗੀਆਂ ਵੀ ਇੱਕ ਤਾਂ ਇਹ ਹੋਵੇ ਇਹਦੇ ਤੇ ਫਾਈਟ ਹੋਵੇ ਵੀ ਕੰਮ ਕੀਤਾ ਜਾਵੇ, ਕਿਉਂਕਿ ਇਹਨਾਂ ਨੇ ਕੁਛ ਕੰਮ ਕਰਕੇ ਦਿਖਾਇਆ ਨਹੀਂ ਸੀਗਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਰੰਧਾਵੇ ਕੋਲ ਹੋਊਗਾ, ਥੋੜਾ ਕਰ ਵੀ ਲੈਣਗੇ ਉਸ ਢੰਗ ਦਾ ਕਰ ਲੈਣਗੇ ਜਿਹਦੇ ਵਿੱਚ ਲੋਕਾਂ ਨੂੰ ਲੱਗੂਗਾ ਵੀ ਥੋੜੀ ਹਿਲਜੁਲ ਹੋਈ ਹੈ ਤੇ ਉਹ ਇੱਕ ਭਰਮ ਬਣਿਆ ਰਹੂਗਾ। ਪਰ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕਰ ਦਿੱਤੀ ਹੈ ਜੀ ਚੰਨੀ ਤੇ, ਕਹਿੰਦੇ ਜੀ ਧਰਮਸੋਤ ਨੂੰ ਗ੍ਰਿਫਤਾਰ ਕਰੋ ਐਸੀ ਘਟਾਲੇ ਦੇ ਵਿੱਚ, ਕਿਉਂਕਿ ਹੁਣ ਸ਼ੁਕਰ ਹੈ ਤੁਸੀਂ ਕਹਿੰਦੇ ਗਰੀਬਾਂ ਦੇ ਮੰਤਰੀ ਬਣੇ ਹੋ, ਗਰੀਬਾਂ ਦੀ ਗੱਲ ਕੀਤੀ ਹੈ। ਹਾਂ ਬਿਲਕੁਲ, ਇਹ ਅਕਾਲੀ ਦਲ ਨੇ ਰੱਖਿਆ ਹੈਗਾ ਧਰਮਸੋਤ ਦੇ ਮਾਮਲੇ ਵਿੱਚ, ਤੇ ਇਹਦਾ ਮਤਲਬ ਹੁਣ ਆਇਆ ਵੀ ਇਹ ਤਾਂ ਹੁਣ ਅੱਗੇ ਚੱਲ ਕੇ ਲੱਗੂਗਾ ਵੀ ਇਹਨਾਂ ਨੇ ਚੰਨੀ ਨੇ ਕੀ ਪੁਜੀਸ਼ਨ ਲੈਣੀ ਹੈ ਇਸ ਮਾਮਲੇ ਵਿੱਚ, ਪਰ ਇੱਕ ਚੀਜ਼ ਹੈਗੀ ਆ ਵੀ ਏਦਾਂ ਦਾ ਕੁਛ ਹੱਲ ਲੱਭਿਆ ਜਾਊਗਾ ਜਿਹਦੇ ਨਾਲ ਨਾ ਤੇ ਥੋੜਾ ਨਾ ਇੱਕ ਜਿਵੇਂ ਮੈਂ ਕਿਹਾ ਭਰਮ ਕ੍ਰੇਟ ਬਣਿਆ ਰਹੇ ਆ 3 ਮਹੀਨੇ, ਜੇ 3 ਮਹੀਨੇ ਸਿਰਫ ਇਹਨਾਂ ਨੇ ਇੱਕ ਭਰਮ ਹੀ ਕ੍ਰੇਟ ਕਰਨਾ ਹੈਗਾ। ਉਹ ਭਰਮ ਕ੍ਰੇਟ ਕਿਸ ਢੰਗ ਨਾਲ ਕਰਨਗੇ ਉਹ ਮਤਲਬ ਹੁਣ ਸੀਐਮ ਜਾਣਦਾ ਜਾਂ ਉਹਦੀ ਨਾਲ ਦੀ ਜੁੰਡਲੀ ਜਾਣਦੀ ਹੈ। ਤੁਹਾਡਾ ਮੰਤਰੀ ਮੰਡਲ ਦਾ ਸਵਾਲ ਸੀਗਾ ਮੰਤਰੀ ਮੰਡਲ ਵਿੱਚ, ਮੈਨੂੰ ਇਹ ਲੱਗਦਾ ਕਿ ਹਾਲ ਦੀ ਘੜੀ ਕੋਸ਼ਿਸ਼ ਇੱਕ ਤਾਂ ਹੈਗਾ ਵੀ ਸਿੱਧੂ ਵਾਲਾ ਜਿਹੜਾ ਹੈਗਾ ਗਰੁੱਪ ਹੈ ਉਹਦਾ ਉਹ ਰਹੂਗਾ, ਆਧਾਰ ਰਹੂਗਾ, ਉਹਦੀ ਇੱਕ ਸਿੱਧੂ ਦੀ ਰਹੂਗੀ ਵੀ ਉਹ ਕਿਹੜੇ ਕਿਹੜੇ ਬੰਦੇ ਹੋਣਗੇ, ਲੇਕਿਨ ਕੋਸ਼ਿਸ਼ ਇਹ ਵੀ ਹੋਊਗੀ ਕਿਤੇ ਨਾ ਕਿਤੇ ਵੀ ਕੈਪਟਨ ਦੇ ਜਿਹੜੇ ਉਹ ਬੰਦੇ ਨੇ ਜਿਹੜੇ ਕਿ ਲੱਗਦਾ ਕਿ ਖਿੱਚੇ ਜੇ ਜਾ ਸਕਦੇ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਅੱਧੇ ਦਾ ਦੁਬਾਰੇ ਕੀਤਾ ਜਾ ਸਕਦਾ, ਲੇਕਿਨ ਜਿਹਨਾਂ ਤੇ ਬਹੁਤ ਸਵਾਲ ਉੱਠ ਰਹੇ ਹੈਗੇ ਸੀਗੇ ਮੰਤਰੀਆਂ ਦੇ ਉੱਤੇ ਵੀ ਤੇ ਉਹ ਮੰਤਰੀਆਂ ਦੀ ਛੁੱਟੀ ਸੰਭਵ ਹੈ ਜੀ। ਸੋ ਉਹਨਾਂ ਮੰਤਰ ਤੁਹਾਡੇ ਮੁਤਾਬਕ ਕੀ ਦੀ ਦਾ ਲੱਗ ਸਕਦਾ? ਮੈਂ ਹਲੇ ਨਾ ਕੁਛ ਉਸ ਤਰ੍ਹਾਂ ਕਹਿਣ ਦੇ ਮੂਡ ਚ ਨਹੀਂ, ਪਰ ਤੁਸੀਂ ਦੇਖੋ ਵੀ ਬ੍ਰਹਮ ਮਹਿੰਦਰਾ ਵਾਲੇ ਮਾਮਲੇ ਵਿੱਚ ਤਾਂ ਬਹੁਤ ਵੱਡੀ ਖਬਰ ਆਉਂਦੀ ਸਾਡੇ ਕੋਲੋਂ ਹੋ ਗਈ ਹੈਗੀ ਹੈ ਨਾ, ਤੇ ਕੱਲ ਤੱਕ ਤਾਂ ਬ੍ਰਹਮ ਮਹਿੰਦਰਾ ਦੇ ਬਾਰੇ ਮੈਂ ਵੀ ਸੋਚ ਰਿਹਾ ਸੀ ਵੀ ਇਹਨੂੰ ਅੱਛਾ ਵੀ ਡਿਪਟੀ ਸੀਐਮ ਦਾ ਤੱਕ ਪਹੁੰਚੂ, ਇਹਦੇ ਲਈ ਕੀ ਇਹਨਾਂ ਨੇ ਰੱਖਿਆ ਹੋਊਗਾ ਹਿਸਾਬ ਕਿਤਾਬ, ਲੇਕਿਨ ਅੱਜ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਤਾਂ ਬਿਲਕੁਲ ਕਹਾਣੀ ਉਲਟੀ ਸੀਗੀ। ਸੋਨੀ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਤੁਸੀਂ? ਸੋਨੀ ਦਾ ਕਈ ਤਰ੍ਹਾਂ ਦਾ ਰਿਹਾ ਨਾ, ਇੱਕ ਤਾਂ ਉਹ ਓਪੀ ਸੋਨੀ ਹੈ ਜੋ ਪਹਿਲਾਂ ਤਾਂ ਇਹਦਾ ਪੁਰਾਣਾ ਸਮਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਬਹੁਤ ਕਰੀਬੀ ਸੀ, ਸਿੱਧੂ ਵਾਲੇ ਦੀ ਪੂਰੀ ਲੱਗਦੀ ਵੀ ਸੀਗੀ। ਤੁਹਾਨੂੰ ਯਾਦ ਹੋਣਾ ਵੀ ਇੱਕ ਟਾਈਮ ਦੇ ਉੱਤੇ ਓਪੀ ਸੋਨੀ ਨੂੰ ਸਿੱਧੂ ਨੇ ਗਾਲ ਕੱਢੀ ਸੀ ਕਿਉਂਕਿ ਬੋਲਣ ਦੀ ਅਕਲ ਉਕਲ ਤਾਂ ਹੈ ਨੀ ਭਾਈ ਸਾਹਿਬ ਨੂੰ, ਤੁਹਾਨੂੰ ਪਤਾ ਹੀ ਹੈ, ਤੇ ਵੀ ਉਹਨਾਂ ਨੇ ਕਿਹਾ ਸੀ ਅੰਮ੍ਰਿਤਸਰ ਦੇ ਵਿੱਚ ਨਾ ਤਾਂ ਪੂਰਾ ਰਹੂ ਨਾ ਫਰਾਨਾ ਰਹੂਗਾ ਹੈ, ਤੇ ਉਹ ਮਤਲਬ ਉਹਨਾਂ ਦੀ ਜਾਤ ਉੱਤੇ ਸੀਗਾ, ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਸਮੀਕਰਨ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਦਲਿਤ ਫੈਕਟਰ ਤਾਂ ਹੈਗਾ ਹੀ ਹੈ ਵੀ ਮਤਲਬ ਦਲਿਤਾਂ ਵਿੱਚੋਂ ਵੀ ਹੁਣ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਕਈ ਸਾਰੀਆਂ ਉਹ ਜਾਤਾਂ ਉਪਜਾਤਾਂ ਨੇ, ਉਹ ਇੱਕ ਫੈਕਟਰ ਰੱਖਿਆ ਹੈਗਾ ਉਸ ਇਲਾਕੇ 'ਚ, ਉਹਨਾਂ ਦੇ ਆਪਣੇ ਇਲਾਕੇ 'ਚ ਇੱਕ ਆਧਾਰ ਵੀ ਹੈ, ਔਰ ਦੋ ਚੀਜ਼ਾਂ ਇਕੱਠੀਆਂ ਕੰਮ ਸਾਰੀਆਂ ਵੀ, ਇੱਕ ਤਾਂ ਮਾਝੇ ਵਾਲਾ ਵੀ ਮਾਝੇ ਨੂੰ ਥੋੜ੍ਹੀ ਜਿਹੀ ਉਹ ਦਿੱਤੀ ਜਾਵੇ, ਦੂਜਾ ਜਿਹੜਾ ਹੈਗਾ ਉਹ ਦਲਿਤ ਵਾਲਾ ਐਂਗਲ ਆ ਕਿ ਦੇਖੋ ਜੀ ਅਸੀਂ ਇਕੱਲਾ ਮੁੱਖ ਮੰਤਰੀ ਨਾਲ ਨਹੀਂ ਅਸੀਂ ਆਦਰਸ ਨੂੰ ਵੀ ਉਹ ਕਰਦੇ ਹੈਗੇ ਆ, ਮਤਲਬ ਦਲਿਤਾਂ ਦੇ ਵਿੱਚ ਦੂਜੇ ਸੈਕਸ਼ਨ ਹੈਗੇ ਆ, ਕਿਉਂਕਿ ਉਹ ਸੈਕਸ਼ਨ ਜਿਹੜੇ ਦੇ ਵਿੱਚੋਂ ਆਉਂਦਾ ਹੈਗਾ ਉਹਦਾ ਉਹ ਸੈਕਸ਼ਨ ਮਾਝੇ ਦੇ ਵਿੱਚ ਇੱਕ ਆਧਾਰ ਹੈਗਾ, ਕਿਉਂਕਿ ਉਹਦੇ ਉਹ ਫਿਰ ਉਹ ਸੈਕਸ਼ਨ ਵੀ ਥੋੜ੍ਹਾ ਜਿਹਾ ਫਿਰ ਵੰਡਿਆ ਹੋਇਆ, ਫਿਰ ਇਕੱਲਾ ਸਿੱਖ ਭਾਈਚਾਰੇ ਵਿੱਚ ਹੀ ਨਹੀਂ ਹੈਗਾ, ਉਹ ਮਤਲਬ ਕ੍ਰਿਸਚਨ ਵਿੱਚ ਵੀ ਹੈਗਾ ਥੋੜ੍ਹਾ ਜਿਹਾ, ਆਪਣੇ ਹਿੰਦੂ ਭਾਈਚਾਰੇ ਵਿੱਚ ਵੀ ਉਹ ਕਮਿਊਨਿਟੀ ਮਿਲ ਜਾਂਦੀ ਹੈ। ਸੋ ਕੁੱਲ ਮਿਲਾ ਕੇ ਜੇ ਤਮਾਮ ਇਸ ਘਟਨਾਕ੍ਰਮ ਨੂੰ ਜਿਵੇਂ ਆਪਾਂ ਗੱਲ ਕਰੀਏ, ਹਜੇ ਤੱਕ ਜਿਵੇਂ ਜਿਵੇਂ ਸੋਸ਼ਲ ਮੀਡੀਆ, ਮੈਂ ਤਾਂ ਸੋਸ਼ਲ ਮੀਡੀਆ ਵੀ ਕਹਿ ਦਿੰਦਾ, ਇਹਦੇ ਵਿੱਚ ਜਾਖੜ ਸਾਹਿਬ ਸਵੇਰੇ ਟਵੀਟ ਕਰਦੇ ਨੇ, ਜਾਖੜ ਸਾਹਿਬ ਦਾ ਗੁੱਸਾ ਠੰਡਾ ਨਹੀਂ ਪੈ ਰਿਹਾ ਬਿਲਕੁਲ ਵੀ। ਮੈਨੂੰ ਨਾ ਜਾਖੜ ਦਾ ਟਵੀਟ ਠੀਕ ਲੱਗਿਆ ਅਸਲ ਵਿੱਚ, ਉਹਦਾ ਕਾਰਨ ਇਹ ਹੈਗਾ ਵੀ ਕੋਈ ਕਹਿ ਸਕਦਾ ਵੀ ਦੇਖੋ ਜੀ ਜਾਖੜ ਨੇ ਨੂੰ ਤਾਂ ਨਾਰਾਜ਼ਗੀਆਂ ਨੂੰ ਚਾਂਸ ਨਹੀਂ ਲੱਗਿਆ, ਕੁਛ ਵੀ ਹੈ ਕਾਰਨ ਹੋਵੇ, ਕਿਉਂਕਿ ਹਰੀਸ਼ ਰਾਵਤ ਦਾ ਜਿਹੜਾ ਉਹ ਸੀ ਨਾ ਬਿਆਨ, ਉਹ ਕੋਈ ਉਹ ਉਸੇ ਤਰ੍ਹਾਂ ਦੀ ਹੀ ਗਲਤੀ ਸੀਗੀ ਜਿਵੇਂ
ਉਹਨੇ ਕੈਪਟਨ ਵਾਲੇ ਮਾਮਲੇ ਵਿੱਚ ਗਲਤੀ ਕੀਤੀ ਸੀਗੀ। ਹੁਣ ਕੋਈ ਸਿੱਧੂ ਦਾ ਪ੍ਰਸ਼ੰਸਕ ਅਜੇ ਜਿੰਨਾ ਮਰਜ਼ੀ ਜੱਖੜ ਨੂੰ ਗਾਲਾਂ ਕੱਢੀ ਜਾਵੇ, ਕੱਲ ਤੱਕ ਤਾਂ ਬਹੁਤੇ ਪ੍ਰਸ਼ੰਸਕ ਇਹ ਵੀ ਕਹਿੰਦੇ ਸੀ ਕਿ ਨਹੀਂ ਜੀ ਸੁਨੀਲ ਜੱਖੜ ਹੀ ਸੀਐਮ ਹੋਣਾ ਚਾਹੀਦਾ, ਅੱਜ ਭਾਵੇਂ ਇਸ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਉਹਨੂੰ ਗਾਲਾਂ ਕੱਢ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹਦੇ ਸਲਾਹਕਾਰਾਂ ਵਿੱਚੋਂ ਵੀ ਇੱਕ ਦੋ ਇੱਦਾਂ ਹੀ ਹੋਏ ਫਿਰਦੇ ਹੈਗੇ ਨੇ ਉਹਦੇ ਦੁਆਲੇ। ਪਰ ਮੈਨੂੰ ਇਹ ਲੱਗਦਾ ਵੀ ਉਹਨੇ ਥੋੜ੍ਹੀ ਗੱਲ ਜਿਹੜੀ ਹੈਗੀ ਤਾਂ ਕੀਤੀ ਹੈ ਵੀ ਇਹ ਇੱਕ ਪਹਿਲੀ ਗੱਲ, ਤੁਸੀਂ ਇੱਕ ਨਵੇਂ ਕਹਿੰਦੇ ਹੋ ਵੀ ਅਗਲਾ ਸੀਐਮ ਸਿੱਧੂ ਹੋਊਗਾ, ਤੁਸੀਂ ਨਵੇਂ ਬਣੇ ਦੀ ਬੇਇੱਜ਼ਤੀ ਕਰ ਰਹੇ ਹੈਗੇ ਹੋ, ਠੀਕ ਹੈ। ਤੁਸੀਂ ਤਾਂ ਇਹਦਾ ਮਤਲਬ ਪਹਿਲੇ ਕਹਿੰਦਾ ਕਿ ਉਹਨੂੰ ਮੇਕ ਸ਼ਿਫਟ ਹੀ ਬਣਾਇਆ ਹੈ ਵੀ ਅਗਲੇ ਨੂੰ, ਇਹਦਾ ਮਤਲਬ ਤੁਸੀਂ ਤਾਂ ਉਹ ਪਿੰਡਾਂ ਵਾਲੇ ਸਰਪੰਚਾਂ ਲਈ ਗੱਲ ਕਰਤੀ ਵੀ ਜੇ ਖਾਤਾ ਰਿਜ਼ਰਵ ਹੋ ਗਿਆ ਤਾਂ ਬਾਈ ਉਹਨੇ ਆਪਦਾ ਸੀਰੀ ਖੜਾ ਕਰਤਾ ਪਿੰਡ ਦੇ ਜੱਟ ਜ਼ਿਮੀਂਦਾਰ ਨੇ, ਠੀਕ ਹੈ, ਤੇ ਉਹਨੂੰ ਸਰਪੰਚ ਬਣਾ ਲਿਆ, ਬਈ ਖਾਤਾ ਸਾਰੇ ਪੰਚਾਇਤ ਦੇ ਆਪਦੇ ਘਰੇ ਰੱਖੇ ਹੋਏ ਨੇ, ਫਿਰ ਤਾਂ ਉਹੀ ਗੱਲ ਹੀ ਕਰਤੀ, ਫਿਰ ਕਾਹਦੀ ਇੱਜ਼ਤ ਮਾਨ ਕਰਤਾ ਤੁਸੀਂ ਦਲਿਤਾਂ ਦਾ। ਸਿਆਣੀ ਗੱਲ ਇਹ ਸੀਗੀ ਵੀ ਤੁਸੀਂ ਕਹਿੰਦੇ ਵੀ ਹਾਈਕਮਾਨ ਤੈਅ ਕਰੋਗੀ, ਇਹ ਸਵਾਲ ਮੈਥੋਂ ਨਾ ਪੁੱਛੋ, ਇਹ ਹਾਈਕਮਾਨ ਕਰੋਗੀ, ਮਤਲਬ ਤੁਸੀਂ ਖੁਦ ਪਹਿਲੀ ਗੱਲ ਤੁਸੀਂ ਪੰਜਾਬ ਮਾਮਲੇ ਦੇ ਇੰਚਾਰਜ ਹੋ, ਤੁਸੀਂ ਮਤਲਬ ਤੁਹਾਡੇ ਤੁਹਾਡੀ ਪਾਰਟੀ ਹਾਈਕਮਾਨ ਫੈਸਲਾ ਲੈਂਦੀ ਹੈ, ਜਾਂ ਤਾਂ ਤੁਸੀਂ ਕਹੋ ਵੀ ਹਾਈਕਮਾਨ ਕਰੂਗੀ, ਮਤਲਬ ਹੁਣ ਪਤਾ ਨੀ ਇਹਨਾਂ ਨੇ ਆਪਣੇ ਇੰਚਾਰਜ ਕਿੱਦਾਂ ਦੇ ਬਣਾਏ ਹੋਏ ਨੇ, ਜਿਹੜੇ ਮਤਲਬ ਜਾਂ ਉਹਦੇ ਰਾਹੀਂ ਉਹ ਕੀ ਕਰਨਾ ਚਾਹੁੰਦਾ, ਕੀ ਸਿੱਧ ਕਰਨਾ ਚਾਹੁੰਦਾ ਹੈਗਾ, ਕੀ ਉਹ ਸਿੱਧੂ ਖੇਮੇ ਨੂੰ ਖੁਸ਼ ਕਰਨਾ ਚਾਹੁੰਦਾ ਜਾਂ ਕੀ ਚੱਕਰ ਹੈਗਾ ਵਾ, ਉਹਦਾ ਬਿਆਨ ਮੈਨੂੰ ਵੀ ਕੋਈ ਸੰਜੀਦਾ ਬਿਆਨ ਨਹੀਂ ਲੱਗਿਆ। ਸੰਜੀਦਾ ਰੌਲਾ ਤਾਂ ਇਹਨਾਂ ਸੰਜੀਦਾ ਹੋ ਜਾਣ ਇਸ ਦੇ ਉੱਤੇ। ਹੁਣ ਜਿਵੇਂ ਆਪਾਂ ਅਕਾਲੀ ਦਲ ਦੀ ਵੀ ਗੱਲ ਕੀਤੀ ਹੈ, ਅਕਾਲੀ ਦਲ ਦਾ ਤਾਂ ਸਾਰਾ ਹੀ ਹਾਈਜੈਕ ਕਰ ਗਏ ਨਾ ਮਾਮਲਾ, ਕਿਉਂਕਿ ਉਹ ਤਾਂ ਘਰੇ ਮੁੱਖ ਮੰਤਰੀ ਰੱਖ ਕੇ ਅਤੇ ਦੂਜਿਆਂ ਨੂੰ ਵੰਡਦੇ ਸੀ ਇਹਨਾਂ ਨੇ ਮੁੱਖ ਮੰਤਰੀ ਦਲਿਤ ਦੁਆਰਾ। ਆਮ ਆਦਮੀ ਪਾਰਟੀ BJP ਨੇ ਵੀ ਦਾਅਵਾ ਕੀਤਾ ਸੀ, ਆਮ ਆਦਮੀ ਪਾਰਟੀ ਤਾਂ ਹਜੇ ਕੋਈ ਉਸ ਪਾਸੇ ਆ ਨਹੀਂ ਰਹੀ, ਚਰਚਾਵਾਂ ਇਹ ਨੇ। ਹੁਣ ਚਾਰ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਮੈਦਾਨ 'ਚ ਤਾਂ ਘੱਟੋ ਘੱਟ ਨੇ, ਫਿਰ ਬਾਕੀ ਜਿਹੜੇ ਨੇ ਸਪਲੈਂਟਰ ਗਰੁੱਪ ਨੇ ਅਕਾਲੀ ਦਲ ਦੇ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ ਜਾਂ ਹੋਰ ਹੋ ਗਏ, ਇਹ ਵੀ ਆਪਦੀਆਂ ਹਾਜ਼ਰੀਆਂ ਲਵਾਉਣਗੇ ਥੋੜ੍ਹੀਆਂ ਥੋੜ੍ਹੀਆਂ, 200-200 500-500 1000-1000 ਵੋਟ ਦੀਆਂ ਇਹਨਾਂ ਦਾ। ਮੈਨੂੰ ਇਹ ਲੱਗਦਾ ਦਨਿਆਲ ਸਾਹਿਬ ਕਿ ਮੈਂ ਨਾ ਇਹਦੇ ਬਾਰੇ, ਕਿਉਂਕਿ ਪਿੱਛੇ ਜੇ ਮੈਂ ਤੁਹਾਡੇ ਇਲਾਕੇ 'ਚ ਵੀ ਦੌਰਾ ਕੀਤਾ ਸੀਗਾ, ਬਰਨਾਲੇ 'ਚ ਵੀ ਕੀਤਾ ਸੀ ਤੇ ਆਪਣੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀ ਦੌਰਾ ਕੀਤਾ, ਜਿਵੇਂ ਕਿ ਮਾਲਵੇ ਦਾ ਦੌਰਾ ਕੀਤਾ ਸੀ। ਹਾਲੇ ਮੈਂ ਹਾਲੇ ਇਹਨਾਂ ਦਿਨਾਂ 'ਚ ਮਾਝਾ ਤੇ ਦੁਆਬਾ ਘੁੰਮਣਾ ਹੈਗਾ, ਉਹ ਬਾਅਦ 'ਚ ਘੁੰਮੂਗਾ, ਹੁਣ ਟਾਈਮ ਆ ਜਾਣਾ ਹੈਗਾ। ਹਾਲ ਦੀ ਘੜੀ ਜਿਹੜੀ ਆਪਣੇ ਮਾਲਵੇ ਦੀ ਪੋਜੀਸ਼ਨ ਹੈ ਨਾ, ਉਹ ਤੋਂ ਤੁਸੀਂ ਕੁਛ ਨੀ ਸਿੱਟਾ ਕੱਢ ਸਕਦੇ ਹੈਗੇ, ਹਾਲਾਂਕਿ 69 ਸੀਟਾਂ ਨੇ ਆਪਣੇ ਮਾਲਵੇ ਦੀਆਂ, ਤੇ ਉੱਥੇ 69 ਸੀਟਾਂ ਦੇ ਵਿੱਚ ਤੁਹਾਨੂੰ ਇੱਕ ਕਿਸਾਨੀ ਅੰਦੋਲਨ ਦਿਖ ਰਿਹਾ ਹੈਗਾ। ਪਿੰਡਾਂ 'ਚ ਜਾਂਦੇ ਹੋ ਉੱਥੇ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ ਵੀ ਕੋਈ ਪਾਰਟੀ ਸਾਡੇ ਪਿੰਡ ਵਿੱਚ ਦਾਖਲ ਨਾ ਹੋਵੇ, ਠੀਕ ਹੈ, ਚਾਹੀਦੀਆਂ ਜੋ ਕਿਸਾਨ ਮੋਰਚਾ ਕਹੂਗਾ ਉਹੀ ਕਰਾਂਗੇ ਅਸੀਂ ਤਾਂ। ਹੁਣ ਆਹ ਚੀਜ਼ ਪਿੰਡਾਂ 'ਚ ਆ, ਮਤਲਬ ਤੁਹਾਡੇ ਆਲੇ ਦੁਆਲੇ ਵੀ ਤੁਹਾਨੂੰ ਦਿਖਦੀ ਹੋਣੀ ਆ, ਤੇ ਇਸ ਗੱਲ 'ਤੇ ਦੇਖੋ ਵੋਟਾਂ ਪੈਣੀਆਂ ਵੀ ਜ਼ਰੂਰ ਨੇ, ਇਹ ਵੀ ਸਾਨੂੰ ਪਤਾ ਹੈਗਾ, ਚਾਹੇ ਉਹ ਜਿੱਦਾਂ ਵੀ ਪੈਣ। ਹੁਣ ਇਹ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ 32 ਧਿਰਾਂ ਨੇ ਉਹਦੇ ਵਿੱਚੋਂ 19 ਧਿਰਾਂ ਹੈਗੀਆਂ ਲੈਫਟ ਵਾਲੀਆਂ, ਨਾ 9 ਲੈਫਟ ਧਿਰਾਂ ਹੈਗੀਆਂ ਨੇ, ਤੇ 13 ਧਿਰਾਂ ਹੈਗੀਆਂ ਲੈਫਟ ਵਾਲੀਆਂ, ਠੀਕ ਹੈ। ਹੁਣ ਲੈਫਟ ਵਿੱਚੋਂ ਜਿਹੜੀਆਂ ਰੈਡੀਕਲ ਲੈਫਟ ਧਿਰਾਂ ਉਹ ਤਾਂ ਬਾਈਕਾਟ ਹੀ ਕਰਦੀਆਂ ਹੁੰਦੀਆਂ ਨੇ, ਜਾਂ ਕਹਿੰਦੀਆਂ ਹੁੰਦੀਆਂ ਵੀ ਅਸੀਂ ਚੋਣ ਨਹੀਂ ਲੜਨੀ, ਜਿਹਨੂੰ ਮਰਜ਼ੀ ਵੋਟਾਂ ਪਾ ਲਓ ਇੱਦਾਂ। ਪਰ ਜਿਹੜੀਆਂ 19 ਨੇ ਨਾ, 19 ਜਿਹੜੀਆਂ ਉਤਾਵਲੀਆਂ ਨੇ ਚੋਣ ਲੜਨ ਨੂੰ ਅੰਦਰ ਖਾਤੇ, ਉਹਨਾਂ ਦੇ ਰਿੱਝਦਾ ਕੁਛ ਨਾ ਕੁਛ, ਉਹ ਹੁਣ ਉਹਨਾਂ ਦੀ ਦੁਬਿਧਾ ਇਹ ਹੈਗੀ ਹੈ, ਉਹ ਪਹਿਲਾਂ ਤਾਂ ਕਦੇ ਕਾਂਗਰਸੀ ਅਕਾਲੀ ਹੁੰਦੇ ਰਹੇ ਨੇ 19 ਵਾਲੇ, ਇੱਕ ਉਹਨਾਂ ਨੂੰ ਹੈਗਾ ਜੇਕਰ ਪਰੰਪਰਾਗਤ ਪਾਰਟੀਆਂ ਦਾ ਸਾਥ ਦੇਵਾਂਗੇ ਤਾਂ ਕੁੱਟ ਪਊਗੀ ਲੋਕਾਂ ਦੇ ਕੋਲੋਂ, ਠੀਕ ਹੈ। ਦੂਜੀ ਚੀਜ਼ ਹੈਗੀ ਆ, ਹੁਣ ਲੋਕ ਮੰਗ ਕਰਦੇ ਨੇ ਨਵੀਂ ਪਾਰਟੀ ਬਣਾਓ, ਹੁਣ ਕੀ ਉਹ ਨਵੀਂ ਪਾਰਟੀ ਬਣਾਉਂਦੇ ਆ, ਫਿਰ ਉਹਨਾਂ ਨੂੰ ਐਂ ਲੱਗੂ ਕਿ ਅਸੀਂ ਤੇ ਸੰਯੁਕਤ ਮੋਰਚੇ ਦੇ ਪ੍ਰਵਚਨ ਤੋਂ ਦੂਰ ਨਾ ਹੋ ਜਾਈਏ, ਤੇ ਕੀ ਉਹ ਨਵੀਂ ਪਾਰਟੀ ਬਣਾਉਣਗੇ ਆ ਜਿਹੜੇ ਮਹੀਨੇ ਰਹਿ ਗਏ ਨੇ, ਜਾਂ ਫਿਰ ਉਹ ਬੰਦੇ ਜਿਹੜੇ ਹੈਗੇ ਆ ਵੀ ਕੋਈ ਇੱਦਾਂ ਦਾ ਪ੍ਰੋਗਰਾਮ ਦੇਣਗੇ ਵੀ ਭਾਈ ਇਹਨਾਂ ਫਲਾਣੇ ਫਲਾਣੇ ਬੰਦੇ ਨੂੰ ਵੋਟਾਂ ਪਾ ਲਓ, ਠੀਕ ਹੈ, ਤੇ ਉਹਨਾਂ ਦੇ ਉੱਤੇ ਬਹੁਤ ਚੀਜ਼ਾਂ ਨਿਰਭਰ ਕਰਦੇ। ਪਰ ਮੇਰਾ ਹਾਲ ਦੀ ਘੜੀ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਪੰਜਾਬ ਬਾਰੇ ਉਹ ਹੈਗੀ ਹੈ ਕਿ ਪੰਜਾਬ ਦੀ ਜਿਹੜੀ ਇਸ ਵਾਰ ਦੀ ਜਿਹੜੀ ਸਿਆਸਤ ਆ ਉਹ ਨੋਰਮਲ ਨਹੀਂ ਹੋਣੀ ਹੈਗੀ, ਉਹਨੂੰ ਜਿਹੜਾ ਕਿਸਾਨ ਅੰਦੋਲਨ ਪ੍ਰਭਾਸ਼ਿਤ ਕਰਨ ਵਿੱਚ ਇੱਕ ਵੱਡਾ ਯੋਗਦਾਨ ਪਾਊਗਾ। ਜੇਕਰ ਪਹਿਲਾਂ ਹੀ ਕੋਈ ਐਵੇਂ ਕਹੀ ਜਾਂਦਾ ਵੀ ਨਹੀਂ ਜੇ ਕਾਂਗਰਸੀ 27 ਲੈ ਜਾਣਗੇ, 47 ਲੈ ਜਾਣਗੇ, ਅਕਾਲੀ ਇੰਨੇ ਲੈ ਜਾਣਗੇ, ਉਹ ਹਾਲ ਦੀ ਕਦੀ ਨਾ ਐਵੇਂ ਕਲੀਅਰ ਨਹੀਂ ਹੈ। ਦੇਖੋ ਹੁਣ ਬੜੀ ਸਿੰਪਲ ਜੀ ਗੱਲ ਹੈ, ਮੈਂ ਵੀ ਤੁਹਾਨੂੰ ਮੈਂ ਦੱਸਦਾ, ਮੈਂ ਮੇਰਾ ਵੀ ਚਲੋ ਮੈਂ ਅਪਡੇਟ ਨਹੀਂ ਕੀਤਾ ਕੋਈ ਵੀ, ਤੁਸੀਂ ਦੇਖਿਆ ਹੋਣਾ ਬੜਾ ਮੈਂ ਕੋਈ ਇਹੋ ਜਿਹੀ ਆਪਦੇ ਵਿਚਾਰ ਅਪਡੇਟ ਤਾਂ ਨਹੀਂ ਕੀਤੇ, ਕਿਉਂਕਿ ਮੈਂ ਹੀ ਕਲੀਅਰ ਹੈ ਨਹੀਂ ਸੀ, ਕਿਉਂਕਿ ਪੜ ਪੈਰ ਪੈਰ ਦੇ ਉੱਤੇ ਹਾਲਾਤ ਬਦਲ ਰਹੇ ਸੀ ਕਾਂਗਰਸ ਦੇ, ਪੈਰ ਪੈਰ ਦੇ ਉੱਤੇ ਹਾਲਾਤ ਬਦਲ ਰਹੇ ਸੀ ਕਾਂਗਰਸ ਦੇ, ਠੀਕ ਹੈ। ਇੱਕ ਤਰੀਕ ਤੱਕ ਤਾਂ ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਕੈਪਟਨ ਜਿਹੜਾ ਹੈਗਾ ਉਹਨੂੰ ਅਗਾਹੇ ਬਗਾਹੇ ਚਿਹਰਾ ਰੱਖਣਾ ਹੀ ਪਏਗਾ, ਹਾਲਾਤ ਇਹ ਸੀਗੇ ਕਿ ਕੈਪਟਨ, ਕਿਉਂਕਿ ਕਿਸਾਨਾਂ ਦੀ ਗੱਲ ਕਰਦਾ ਸੀ, ਪਰ ਕੈਪਟਨ ਵੀ ਜਾਂਦਾ ਜਾਂਦਾ ਇਹੋ ਜਿਹਾ ਬਿਆਨ ਦੇ ਗਿਆ ਕਿ ਕਿਸਾਨਾਂ ਤੋਂ ਵੀ ਭਾਈ ਤੁਸੀਂ ਚੱਕੋ ਯਾਰ ਇੱਥੋਂ ਆਪਦਾ ਸਮਾਨ ਸਮੂਨ ਅਤੇ ਉੱਥੇ ਜਾਓ, ਪਰ ਜਿੱਦਣ ਅਸਤੀਫਾ ਦਿੱਤਾ ਉੱਦਣ ਕੈਪਟਨ ਨੇ ਵੀ ਕਹਿ ਤਾ ਵੀ ਮੈਂ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹੁਣ ਦੋ ਚੀਜ਼ਾਂ ਨੇ, ਇਹ ਵੀ ਇੱਕ ਵਿਚਾਰ
ਕਿਹਾ ਵੀ ਮੈਂ ਤਾਂ ਗ੍ਰਹਿ ਮੰਤਰੀ ਦੇ ਕੋਲ ਦੁਬਾਰੇ ਵੀ ਜਾਊਂਗਾ ਜਾ ਕੇ ਉਹਨੂੰ ਕਹੂੰਗਾ ਵੀ ਪੰਜਾਬ ਦੀ ਹਾਲਤ ਆਇਆ ਵੀ ਪਾਕਿਸਤਾਨ ਵੱਲੋਂ ਫਲਾਣਾ ਢੀਂਗੜਾ ਹੁੰਦਾ ਹੈਗਾ ਇਹ ਸਿੱਧੂ ਆਏ ਆ ਫਲਾਣਾ ਢੀਂਗੜਾ ਪਹਿਲੀ ਗੱਲ ਤਾਂ ਉਹਦੇ ਪੁਰਾਣੇ ਕਾਰਜਕਾਲ ਦੇ ਉਲਟ ਜਾਂਦੀ ਹੈ ਹਾਂਜੀ ਪੁਰਾਣੇ ਕਾਰਜਕਾਲ ਜਿਹੜਾ ਉਹਦਾ ਸੀਗਾ ਉਹ ਸੀਗਾ ਦੋਵੇਂ ਪੰਜਾਬਾਂ ਦੀ ਗੱਲ ਕਰਨ ਵਾਲਾ ਦੋਵੇਂ ਪੰਜਾਬਾਂ ਦੀ ਦੋਸਤੀ ਵਾਲਾ ਯਾਦ ਕਰੋ ਪੁਰਾਣੇ ਸਮੇਂ ਜਦੋਂ ਉਸ ਸਮੇਂ ਦਾ ਮੁੱਖ ਮੰਤਰੀ ਪਰਵੇਜ਼ ਇਲਾਹੀ ਆਪਣੇ ਪੰਜਾਬ ਆਇਆ ਸੀ ਬੜਾ ਨਜ਼ਦੀਕੀਆਂ ਸੀ ਬਿਲਕੁਲ ਇਹ ਦੋਹਾਂ ਨੇ ਜਿਹੜਾ ਸ਼੍ਰੋਮਣੀ ਪੁਰਸਕਾਰ ਸੀਗੇ ਸਾਂਝੇ ਤੌਰ ਤੇ ਵੰਡੇ ਸੀਗੇ ਪਹਿਲੀ ਵਾਰੀ ਖਬਰਾਂ ਲੱਗੀਆਂ ਸੀ ਸਾਡੇ ਪੰਜਾਬ ਦੇ ਅਖਬਾਰਾਂ ਦੇ ਵਿੱਚ ਦੋਵੇਂ ਮੁੱਖ ਮੰਤਰੀਆਂ ਦੀ ਇਕੱਠੀਆਂ ਜਿਵੇਂ ਪਰਵੇਜ਼ ਇਲਾਹੀ ਪੰਜਾਬ ਦਾ ਹੀ ਬੰਦਾ ਹੋਵੇ ਵੀ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਅਵਾਰਡ ਵੰਡਦੇ ਹੈਗੇ ਨੇ ਲੁਧਿਆਣੇ ਸ਼ਹਿਰ ਤੁਹਾਡੇ ਪਟਿਆਲੇ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਬੈਨਰ ਲੱਗੇ ਸੀ ਇਕੱਠੇ ਦੋਹਾਂ ਦੇ ਫਿਰ ਵਰਲਡ ਪੰਜਾਬੀ ਸੈਂਟਰ ਆ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਬਣਿਆ ਉਹ 3 ਕਰੋੜ ਦੀ ਲਾਗਤ ਤੇ ਗ੍ਰਾਂਟ ਪਰਵੇਜ਼ ਇਲਾਹੀ ਦੇ ਸਾਹਮਣੇ ਦਿੱਤੀ ਸੀ ਤੇ ਨੀਂਹ ਪੱਥਰ ਦੋਹਾਂ ਨੇ ਸਾਂਝੇ ਤੌਰ ਤੇ ਰੱਖਿਆ ਸੀ ਠੀਕ ਹੈ ਤੇ ਫਿਰ 2004 ਫਿਰ ਦੂਜੇ ਪਾਸੇ ਜਿਹੜਾ ਇਹਨੇ ਕਿਹਾ ਵੀ ਜੀ ਆਹ ਟੈਰਰਿਜ਼ਮ ਹੋ ਗਿਆ ਸੀ ਫਲਾਨਾ ਹੋ ਗਿਆ ਜੇ ਆਪਾਂ ਇਹਦਾ ਆਪਣਾ ਕੈਰੇਕਟਰ ਚੱਕ ਲਈਏ ਅੰਮ੍ਰਿਤਸਰ ਦਾ ਐਲਾਨਨਾਮਾ ਉਹਦੇ ਵਿੱਚ ਭਾਈ ਸਾਹਿਬ ਦਾ ਜ਼ਿਕਰ ਆਉਂਦਾ ਹੈਗਾ ਫਿਰ ਜਾ ਕੇ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜੇ ਫਾਊਂਡਰਾਂ ਦੇ ਵਿੱਚੋਂ ਭਾਈ ਸਾਹਿਬ ਦਾ ਜ਼ਿਕਰ ਆਉਂਦਾ ਹੈਗਾ ਇੱਥੋਂ ਤੱਕ ਕਿ ਨਰਾਇਣ ਸਿੰਘ ਦੀ ਕਿਤਾਬ ਹੈ ਸਿੱਖ ਗਰਦ ਉਹ ਚੱਕ ਕੇ ਦੇਖੋ ਉਹਦੇ ਵਿੱਚ ਲਿਖਿਆ ਹੋਇਆ ਕਿ ਭਿੰਡਰਾਂਵਾਲਾ ਇਹਨਾਂ ਦੀ ਪ੍ਰਸ਼ੰਸਾ ਕਰਦਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਜ਼ਿਆਦਾ ਉਹ ਨਰਾਇਣ ਸਿੰਘ ਦੀ ਸਿੱਖ ਗਰਦ ਕਿਤਾਬ ਦੇ ਵਿੱਚ ਸ਼ਾਮਿਲ ਹੈਗਾ ਫਿਰ ਸਮੇਂ ਸਮੇਂ ਤੇ ਜਦੋਂ 2004 ਦੇ ਵਿੱਚ ਕੈਨੇਡਾ ਗਿਆ ਟੋਰਾਂਟੋ ਦੇ ਵਿੱਚ ਉਦੋਂ ਖਾਲਿਸਤਾਨੀਆਂ ਦੇ ਨਾਲ ਉਹ ਜਿਹੜਾ ਸਟੇਜ ਵਾਲਾ ਮੁੱਦਾ ਛਾ ਗਿਆ ਸੋ ਇੱਥੋਂ ਤੱਕ ਹੋਰ ਛੱਡੋ ਫਿਰ ਹਿੰਦੂ ਤਵੀਆਂ ਦੇ ਲਈ ਵੀ ਜਿਹੜਾ ਤੁਹਾਡੇ ਪਟਿਆਲੇ ਦੇ ਵਿੱਚ ਇੱਕ ਸ਼ਿਵ ਸੈਨਾ ਖੜੀ ਕੀਤੀ ਸੀਗੀ ਇਹਦੇ ਵਿੱਚ ਵੀ ਭਾਈ ਸਾਹਿਬ ਦਾ ਜ਼ਿਕਰ ਆਉਂਦਾ ਸੀਗਾ ਠੀਕ ਹੈ ਇਸ ਤੋਂ ਬਿਨਾਂ ਤੇ ਸਮੇਂ ਸਮੇਂ ਉੱਤੇ ਕਦੇ ਹਿੰਦੂ ਪੱਤਾ ਕਦੇ ਉਹ ਪੱਤਾ ਖੇਡਦੇ ਰਹੇ ਨੇ ਜਦੋਂ ਹੁਣ ਹਿਸਾਬ ਕਿਤਾਬ ਆਊਗਾ ਤਾਂ ਸਾਰਿਆਂ ਦਾ ਹੀ ਆਊਗਾ ਫਿਰ ਜੀ ਹਿਸਾਬ ਕਿਤਾਬ ਤਾਂ ਆਉਣਾ ਹੀ ਆਉਣਾ ਜੀ ਸਾਰਿਆਂ ਦਾ ਹੀ ਆਉਣਾ ਹੈਂਜੀ ਪੱਤੇ ਤਾਂ ਸਾਰੇ ਸਾਰਿਆਂ ਨੇ ਖੇਡੇ ਆ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਦਾ ਪੱਤਾ ਕਿਸੇ ਨੇ ਨਹੀਂ ਖੇਡਿਆ ਪੰਜਾਬ ਦੇ ਦੁਰਭਾਗ ਇਹ ਆ ਦੇਖੋ ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਨੌਟੰਕੀਬਾਜ਼ ਹੈ ਠੀਕ ਹੈ ਉਹਦੇ ਕੋਲ ਕੋਈ ਗੱਲਾਂ ਹੀ ਨਹੀਂ ਹੈਗੀਆਂ ਹਾਲੇ ਤੱਕ ਨੋਨ ਸੀਰੀਅਸ ਆ ਕੈਪਟਨ ਅਮਰਿੰਦਰ ਆਪਾਂ ਦੇਖ ਲਿਆ ਸਮੇਂ ਸਮੇਂ ਤੇ ਚਾਰੇ ਪਾਸੇ ਘੁੰਮਦਾ ਰਿਹਾ ਅਕਾਲੀ ਦਲ ਨੇ ਆਪਣਾ ਸਾਰਾ ਏਜੰਡਾ ਬੀਜੇਪੀ ਨੂੰ ਸਿੱਟਿਆ ਹੋਇਆ ਸੀ ਆਮ ਆਦਮੀ ਪਾਰਟੀ ਬਿਲਕੁਲ ਉਹੀ ਚੀਜ਼ਾਂ ਲਾਗੂ ਕਰ ਰਹੀ ਹੈ ਸਗੋਂ ਉਹ ਦੂਜੀਆਂ ਪਾਰਟੀਆਂ ਕੋਲੋਂ ਗਰਕ ਕੇ ਵੀ ਸਵਾਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਰੀਪ੍ਰਜੈਂਟ ਕਰਨ ਵਾਲਾ ਨੇਤਾ ਕਿਹੜਾ ਮੈਂ ਕਈ ਵਾਰੀ ਸ਼ਬਦ ਦਿਹਾ ਤੱਕ ਬਹੁਤੇ ਨੂੰ ਬੁਰਾ ਲੱਗੂਗਾ ਵੀ ਵਾਰ ਵਾਰ ਰਿਪੀਟ ਕਰਦਾ ਪਰ ਇਹ ਰਿਪੀਟ ਕਰਨਾ ਹੀ ਪੈਣਾ ਵੀ ਪੰਜਾਬ ਦਾ ਲੀਡਰ ਕੱਢ ਕੇ ਦਿਖਾਓ ਕਿਹੜਾ ਸੋ ਦੂਸਰੇ ਪਾਸੇ ਆਪਾਂ ਗੱਲ ਆਪਾਂ ਅਕਾਲੀ ਦਲ ਦੀ ਵੀ ਕਰ ਲਈ ਬੀਜੇਪੀ ਦੀ ਕੀ ਸਥਿਤੀ ਬੀਜੇਪੀ ਕੀ ਕਰੂਗੀ ਬੀਜੇਪੀ ਕੀ ਕਰੇਗੀ ਬੀਜੇਪੀ ਕਿਉਂਕਿ ਚਰਚਾ ਉਮੀਦਵਾਰ ਤਾਂ ਖੜੇ ਕਰੂਗੀ ਜੇ ਐਮ ਸੀ ਦੇ ਇਲੈਕਸ਼ਨ ਉਹਨਾਂ ਨੇ ਬੰਦੇ ਖੜੇ ਕੀਤੇ ਭਾਵੇਂ 5 ਲੱਖ ਪੱਲੇ ਦੇਣਾ ਪਿਆ ਖੜੇ ਤਾਂ ਕਰੂਗੀ ਬੀਜੇਪੀ ਦਾ ਕੀ ਏਜੰਡਾ ਹੋਏਗਾ ਦੇਖੋ ਬੀਜੇਪੀ ਦਾ ਏਜੰਡਾ ਤਾਂ ਹੈਗਾ ਵੀ ਇੱਕ ਤਾਂ ਹੈਗਾ ਵੀ ਬੰਦੇ ਤਾਂ ਖੜੇ ਕਰੂਗੀ ਪਰ ਪੰਜਾਬ ਦੇ ਵਿੱਚ ਉਹਦੀ ਦਾਲ ਨੀ ਗਲਣੀ ਤੇ ਅੰਦਰ ਖਾਤੇ ਉਹ ਮਤਲਬ ਇੱਕ ਤਰ੍ਹਾਂ ਦਾ ਨਾ ਉਹ ਇਸ ਸਟੇਟ ਨੂੰ ਨਾ ਛੱਡ ਹੀ ਚੁੱਕੀ ਹੈਗੀ ਆ ਬਸ ਹੈ ਉਹਦੇ ਲਈ ਇਹ ਸਟੇਟ ਐਂ ਹੈ ਨੀਗਾ ਬਸ ਉਹਦੇ ਵਿੱਚੋਂ ਇਹ ਹੈਗਾ ਕਿਉਂਕਿ ਤੁਸੀਂ ਦੇਖੋ ਨਾ ਪਿੰਡਾਂ ਵਿੱਚ ਤਾਂ ਇਹਨੂੰ ਕੋਈ ਕਿਸੇ ਨੇ ਕੁਛ ਅੰਦਰੀ ਨੀ ਬਣਨ ਦੇਣਾ ਹੈਗਾ ਸ਼ਹਿਰਾਂ ਦੇ ਵਿੱਚ ਜਿਹੜੀ ਹੈਗੀ ਕੋਈ ਸਪੋਰਟ ਹੋਊਗੀ ਉਹ ਪਰ ਵੰਡੀ ਜਾਊ ਜਿਵੇਂ ਮੈਂ ਦੱਸਿਆ ਵੀ ਅਕਸਰ ਹੀ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਵੋਟ ਹੈ ਜ਼ਿਆਦਾਤਰ ਕਾਂਗਰਸ ਕੋਲ ਜਾਂਦੀ ਹੈ ਹਾਲ ਦੀ ਘੜੀ ਜਿਹੜਾ ਥੋੜਾ ਮੋਟਾ ਆਧਾਰ ਦਿੰਦਾ ਤੁਹਾਨੂੰ ਤੁਸੀਂ ਕਿਉਂਕਿ ਪੰਜਾਬ ਦਾ ਜਿਹੜਾ ਹਿੰਦੂ ਆ ਹਜੇ ਵੀ ਐਡਾ ਉਹ ਮਤਸਵੀ ਜਾਂ ਫਨੈਟਿਕ ਨਹੀਂ ਹੈਗਾ ਤੇ ਪੰਜਾਬ ਦੇ ਹਿੰਦੂ ਸਾਰਾ ਕੁਛ ਵੱਖਰਾ ਉਹਦਾ ਉੱਧਰ ਯੂਪੀ ਵਾਲੇ ਹਿੰਦੂ ਨਾਲ ਕੁਛ ਵੀ ਨਹੀਂ ਮਿਲਦਾ ਦੂਜੀ ਗੱਲ ਹੈਗੀ ਕਿ ਪੰਜਾਬ ਦੇ ਹਿੰਦੂ ਦੀ ਕੈਟਾਗਰੀ ਤੁਸੀਂ ਦੇਖੋ ਨਾ ਵੀ ਪੰਜਾਬ ਦੇ ਹਿੰਦੂ ਦੇ ਵਿੱਚੋਂ ਘੱਟੋ ਘੱਟ 60% ਹਿੰਦੂ ਆ ਜਿਹੜਾ ਲਿਬਰਲ ਹਿੰਦੂ ਆ ਲਿਬਰਲ ਰੈਡੀਕਲ ਨਹੀਂ ਦਿਖਦਾ ਹੈਗਾ 5-7% ਹਿੰਦੂ ਦੇ ਉੱਤੇ ਬੀਜੇਪੀ ਦਾ ਪ੍ਰਭਾਵ ਹੈਗਾ ਉਹ ਵੀ ਥੋੜੇ ਟੈਲੀਵਿਜ਼ਨ ਦੇ ਕਰਕੇ ਆ ਕੁਛ ਕੁ ਹਿੰਦੂ ਵਿਚਾਰਾ ਹੁਣ ਡਰਿਆ ਹੋਇਆ ਜਿਹੜਾ ਕਿ ਸਿੱਖ ਵੀ ਜਿੱਥੇ ਜਿਵੇਂ ਕਮਿਊਨਿਟੀ ਡਰਦੀ ਹੁੰਦੀ ਹੈ ਉਹ ਡਰ ਕੇ ਉਹਨਾਂ ਨੇ ਭੋਗਿਆ ਹੋਇਆ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀਗਾ ਉਹਨਾਂ ਨੇ ਸਾਰਾ ਕੁਛ ਉਹਨਾਂ ਨੇ ਸਟੇਟ ਦਾ ਤਸ਼ੱਦਦ ਵੀ ਦੇਖਿਆ ਉਹਨਾਂ ਨੇ ਖਾਲਿਸਤਾਨੀਆਂ ਦੀ ਬੰਦੂਕ ਵੀ ਦੇਖੀ ਹੋਈ ਹੈ ਸੋ ਇਹ ਕਰਕੇ ਨਾ ਵੀ ਇਹ ਦੂਜੀ ਚੀਜ਼ ਹੈ ਕਿ ਜਿਹੜੀ ਇੱਕ ਪੰਜਾਬ ਦੀ ਆਪਣੀ ਸਪਿਰਿਟ ਹੈ ਜਿਹੜੀ ਹੈ ਕਿਉਂਕਿ ਪੰਜਾਬ ਦੀ ਸਪਿਰਿਟ ਹੈ ਕਿ ਉਸ ਸਟੇਟ ਨੇ ਕੋਸ਼ਿਸ਼ ਕੀਤੀ ਸੀ ਕਿ ਭਾਵੇਂ ਕਿ ਬੱਸਾਂ ਚੋਂ ਕੱਢ ਕੇ ਮਾਰੇ ਗਏ ਪਰ ਤੁਸੀਂ ਇਹ ਦੇਖੋ ਨਾ ਕਿ ਲੋਕਾਂ ਨੇ ਖੁਦ ਕਦੇ ਨੀ ਮਾਰਿਆ ਇੱਕ ਦੂਜੇ ਨੂੰ ਪੰਜਾਬ ਦੇ ਥਾਂ ਨੇ ਕਦੇ ਹਿੰਦੂਆਂ ਨੂੰ ਮਾਰਤਾ ਹੋਵੇ ਆਏ ਨੀ ਹੋਇਆ ਹੈਗਾ ਸਗੋਂ ਪਿੰਡਾਂ ਚ ਉਲਟਾ ਸਾਡੇ ਕੋਲ ਉਦਾਹਰਨਾਂ ਹੈਗੀਆਂ ਸੇਵੇ ਵਾਲਾ ਕਾਂਡ ਹੈਗਾ ਜਿੱਥੇ ਮਤਲਬ ਇਹ ਗੰਦ ਪਾਉਣ ਵਾਲੇ ਟੋਲੇ ਆਏ ਸੀ ਹਿੰਦੂਆਂ ਨੂੰ ਮਾਰਨ ਉਹ ਅੱਗੇ ਹੋ ਕੇ
ਸਿੱਖਾਂ ਨੇ ਜਾ ਕੇ ਜਿਹੜਾ ਲੜਾਈ ਲੜੀ ਕਿ ਤੁਸੀਂ ਸਾਡੇ ਭਰਾਵਾਂ ਨੂੰ ਹੱਥ ਲਾ ਕੇ ਦਿਖਾਓ, ਹੱਥ ਲਾ ਕੇ ਦਿਖਾਓ, ਆਹ ਵਿਰਾਸਤ ਹੈ ਪੰਜਾਬ ਦੇ ਵਿੱਚ। ਤੇ ਤੁਹਾਡੇ ਇੱਧਰ ਬਠਿੰਡੇ ਕੰਨੀ ਆ ਜਾਈਏ, ਪਤਾ ਹੀ ਨਹੀਂ ਲੱਗਦਾ ਸਿੱਖ ਕਿਹੜਾ ਵਾ, ਹਿੰਦੂ ਕਿਹੜਾ ਵਾ। ਸਾਡੇ ਤਾਂ ਪੰਡਿਤ ਬੜੇ ਪੱਗ ਬੰਨਣ ਵਾਲੇ ਪੰਡਿਤ ਨੇ, ਸੇਠ ਮੌੜ ਮਾਨਸਾ ਦੇ, ਰਾਮੇ ਦੇ ਸੇਠ ਆ ਜਿਹੜੇ, ਉਹ ਕੀ ਕਹਿੰਦੇ ਸਿੰਘ ਵੀ ਲਿਖਦੇ ਨੇ ਤੇ ਪੱਗ ਵੀ ਬੰਨਦੇ ਨੇ। ਉਹ ਇਸ ਕਰਕੇ ਨਾ ਪੰਜਾਬ ਦੀ ਬੀਜੇਪੀ ਨੂੰ ਭੁਲੇਖਾ ਇਹ ਹੈਗਾ ਕਿ ਉਹ ਪੰਜਾਬ ਨਹੀਂ ਸਮਝ ਸਕੀ ਹੈਗੀ, ਤੇ ਪੰਜਾਬ ਇੰਨੀ ਛੇਤੀ ਏਦਾਂ ਦੇ ਬੰਦਿਆਂ ਦੇ ਸਮਝ ਵੀ ਨਹੀਂ ਆਉਂਦਾ ਹੈਗਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪੰਜਾਬ ਨੂੰ ਅਲੱਗ ਲੈ ਕੇ ਚੱਲੋ, ਪੰਜਾਬ ਦਾ ਕਲਚਰ ਅਲੱਗ ਆ, ਪੰਜਾਬ ਦੀ ਤਾਂ ਪੰਜਾਬੀ ਕਹਿੰਦੇ ਅਸੀਂ ਅਲੱਗ ਆ, ਸਾਡੇ ਨਾਲ ਉਹ ਗੱਲਾਂ ਬਾਤਾਂ ਨਾ ਕਰੋ ਜਿਹੜੀਆਂ ਹੋਣੀਆਂ ਚਾਹੀਦੀਆਂ। ਸੋ ਇਹ ਨਵੀਂ ਸਰਕਾਰ ਦਾ ਕਿਸਾਨ ਅੰਦੋਲਨ ਦੇ ਉੱਤੇ ਜੇ ਮੈਂ ਬਿਆਨ ਨੂੰ ਲੈ ਕੇ ਚੱਲਾਂ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਹੋਰੀ ਕਹਿੰਦੇ ਨੇ ਕਿ ਮੈਂ ਗਲਾ ਵਢਾ ਲੂੰਗਾ ਸਿੱਖ ਕਿਸਾਨ ਅਤੇ ਖੇਤੀ ਦਾ ਨੁਕਸਾਨ ਨਹੀਂ ਹੋਣ ਦੇਊਂਗਾ। ਦੇਖੋ ਆਹ ਤਾਂ ਤਿੰਨ ਨੇ ਦਾਮਾ ਚੱਲਣਾ, ਕਿਸਾਨ ਅੰਦੋਲਨ ਨੂੰ ਇਹਨਾਂ ਨੇ ਉਦਾਂ ਹੀ ਸਪੋਰਟ ਕਰਨੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਪੋਰਟ ਹੀ ਕੀਤੀ ਸਾਨੂੰ ਪਤਾ ਲਗਭਗ, ਹਾਂ ਪੱਕੀ ਨਜ਼ਰੀਆ ਦਾ ਐਂਡ 'ਚ ਜਾ ਕੇ ਉਹਨੇ ਥੋੜ੍ਹਾ ਕਮਲ ਮਾਰ ਦਿੱਤਾ ਸੀਗਾ, ਅਤੇ ਇਸੇ ਤਰ੍ਹਾਂ ਇਹਨੇ ਵੀ ਮਤਲਬ ਸਪੋਰਟ ਹੀ ਕਰੂਗਾ, ਕਿਉਂਕਿ ਅਗਲਿਆਂ ਨੇ ਦਿਖਦਾ ਹੈਗਾ ਵੀ ਕਿਸਾਨੀ ਵਾਲੇ ਮੁੱਦੇ ਤੇ ਨਾ ਬੀਜੇਪੀ ਨੂੰ ਛੱਡ ਕੇ, ਕਿਉਂਕਿ ਪੰਜਾਬ ਵਾਲੀ ਜਿਹੜੀ ਬੀਜੇਪੀ ਹੈ ਨਾ ਉਹਨੇ ਆਪਣਾ ਸਾਰਾ ਕੁਛ ਕਹਿਣ ਦਿੱਤਾ ਹੋਇਆ ਹੈਗਾ ਸੈਂਟਰ ਨੂੰ, ਤੇ ਉਹਨੂੰ ਛੱਡ ਕੇ ਬਾਕੀ ਕੋਈ ਪਾਰਟੀ ਕਿਸਾਨੀ ਨਾਲ ਡਾਇਰੈਕਟ ਕੋਈ ਪੰਗਾ ਨਹੀਂ ਲੈਣਾ ਚਾਹੇਗੀ। ਵੈਸੇ ਅੱਜ ਮੈਨੂੰ ਬੜਾ ਇੱਕ ਪੰਜਾਬੀ ਦੇ ਵੱਡੇ ਅਖਬਾਰ ਦੀ ਜਿਹੜੀ ਸੰਪਾਦਕੀ ਪੜ੍ਹੀ ਸੀ ਅੱਜ ਜਾਂ ਕੱਲ੍ਹ ਕੀ ਸ਼ਾਇਦ ਮੈਂ ਭੁੱਲ ਰਿਹਾ, ਉਹਦੇ ਵਿੱਚ ਲਿਖਿਆ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਹੀ ਢੰਗ ਦਾ ਨਜਿੱਠਿਆ ਨਹੀਂ ਕਿਸਾਨੀ ਅੰਦੋਲਨ ਨੂੰ। ਮੈਨੂੰ ਤਾਂ ਲੱਗਦਾ ਵੀ ਉਹਨੇ ਬਿਲਕੁਲ ਠੀਕ ਕੀਤਾ, ਹਾਲ ਦੀ ਘੜੀ ਨਜਿੱਠੇ ਨਹੀਂ ਦਾ ਮਤਲਬ ਵੀ ਤੁਸੀਂ ਕਹਿੰਦੇ ਡੰਡੇ ਦਾ ਨਜਿੱਠੇ, ਡੰਡੇ ਨਾਲ ਨਜਿੱਠੇ ਜਾਂ ਉਹਨਾਂ ਕੁੱਟਮਾਰ ਕਰਦਾ ਤੇ ਮਸਲਾ ਤਾਂ ਹੱਲ ਕਰ ਨਹੀਂ ਸਕਦਾ ਸੀ ਉਹਨਾਂ ਦਾ, ਉਹ ਅਖਬਾਰ ਆਪਣੇ ਆਪ ਨੂੰ ਪੰਜਾਬ ਦੀ ਆਵਾਜ਼ ਕਹਾਉਂਦਾ ਸੀਗਾ। ਉਹ ਤਾਂ ਮੈਂ ਕਈ ਵਾਰੀ ਦੇਖਿਆ ਵੀ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਜੇ ਸਰਸੇ ਵਾਲਾ ਦਾ ਫਰੰਟ ਪੇਜ ਹਥਿਆਰ ਵੀ ਲਾ ਲੈਂਦੇ ਸਾਡੇ ਪੰਜਾਬ ਦੇ ਨੁਮਾਇੰਦੇ ਘੁਆਉਣ ਵਾਲੇ ਲੋਕ। ਸੋ ਆਪਾਂ ਇਹਦੇ ਉੱਤੇ ਤਾਂ ਕੀ ਕਿਸੇ ਨੂੰ ਕਹੀਏ ਕੀ ਉਹਨਾਂ ਦਾ ਕੀ ਏਜੰਡਾ। ਸੋ ਤਮਾਮ ਗੱਲਬਾਤ ਦੇ ਉੱਤੇ ਜਿਹੜਾ ਇੰਨਾ ਕੁ ਆਪਾਂ ਕੀਤਾ ਕਿ ਹੁਣ ਝੋਨੇ ਦੀ ਫਸਲ ਆਉਣ ਵਾਲੀ ਹੈ, ਸਾਰੇ ਮਾਮਲੇ ਦੇ ਉੱਤੇ ਇਹ ਵੀ ਦੇਖਣਾ ਪਏਗਾ ਕਿ ਭਾਰਤ ਸਰਕਾਰ ਪੰਜਾਬ ਦੇ ਨਾਲ ਕਿਹੋ ਜਿਹਾ ਸੁਭਾਅ ਰੱਖਦੀ ਹੈ। ਜੀ ਲੱਗੇ ਜਾ ਕੇ ਪਤਾ ਲੱਗੇਗਾ, ਕਿਉਂਕਿ ਹਾਲ ਦੀ ਘੜੀ ਤਾਂ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਵੀ ਆਪਾਂ ਪੰਜਾਬੀ ਕਹਿੰਦੇ ਵੀ ਕੰਮ ਸ਼ਰੀਕਾਂ ਵਾਲਾ ਹੀ ਚੱਲਿਆ ਹੈਗਾ ਅੱਜ ਦੇ ਕਿਸਾਨ ਅੰਦੋਲਨ ਦੇ ਦੌਰਾਨ ਖਾਸ ਕਰਕੇ, ਤੇ ਇਹਦੇ ਵਿੱਚ ਹੁਣ ਦੇਖਦੇ ਹਾਂ ਵੀ ਚੋਣਾਂ ਜੇ ਨੇੜੇ ਨੇ ਤਾਂ ਕੋਈ ਲੋਲੀਪੋਪ ਸਿੱਟਿਆ ਜਾਂਦਾ ਜਾਂ ਕੁਛ ਕੀਤਾ ਜਾਂਦਾ ਹੈਗਾ, ਪਰ ਉਹ ਲੋਲੀਪੋਪ ਅਸਲ ਵਿੱਚ ਪੰਜਾਬ ਦੇ ਕਿਸਾਨ ਸਮਝ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਹੁਣ ਸਾਲ ਤੋਂ ਉੱਤੇ ਤਾਂ ਇਹ ਸਾਲ ਤਾਂ ਮਨਾ ਕੇ ਹਟੇ ਨੇ, ਆਹ ਕੱਲ੍ਹ ਹੀ ਮਨਾ ਕੇ ਹਟੇ ਨੇ ਵੀ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਏਕਾ ਹੋਇਆ ਉਹਦਾ ਸਾਲ ਮਨਾ ਕੇ ਹਟੇ ਨੇ, ਤੇ ਅੰਦੋਲਨ ਚੱਲਦੇ ਨੂੰ ਪੰਜਾਬ ਦੇ ਵਿੱਚ ਸਾਲ ਤੋਂ ਉੱਤੇ ਹੋ ਚੁੱਕਿਆ ਹੈਗਾ, ਤੇ ਅੰਦੋਲਨ ਨੇ ਘੱਟੋ ਘੱਟ ਇੰਨਾ ਸਿਆਣਾ ਕਰ ਦਿੱਤਾ ਹੈਗਾ ਵੀ ਆਹ ਜਿਹੜੀਆਂ ਪਾਰਟੀਆਂ ਹੁਣ ਤੁਹਾਡੇ ਬੂਹੇ ਤੇ ਆਉਂਦੀਆਂ ਨੇ ਪਖੰਡ ਕਰਨ ਆਉਂਦੀਆਂ ਨੇ। ਸੋ ਤਮਾਮ ਹੋਰ ਕੀ ਖਾਸ ਗੱਲਬਾਤ ਜੀ? ਮੇਨ ਤਾਂ ਇਹੀ ਰਹੀ ਅੱਜ ਜਿਹੜਾ ਪੰਜਾਬ ਦੇ, ਕਿਉਂਕਿ ਇੰਡੀਆ ਦੇ ਵਿੱਚ ਵੀ ਜਿਹੜਾ ਹੈਗਾ ਮੇਨ ਨਿਗਾਹ ਜਿਹੜੀ ਹੈ ਉਹ ਪੰਜਾਬ ਉੱਤੇ ਰਹੀ ਹੈ, ਪਰ ਇਹ ਹੈ ਕਿ ਦਿੱਲੀ ਵਾਲਿਆਂ ਦੀ ਜਾਂ ਦਿੱਲੀ ਤੋਂ ਬਾਹਰ ਵਾਲਿਆਂ ਦੀ ਸਮੱਸਿਆ ਥੋੜ੍ਹੀ ਜਿਹੀ ਇਹ ਰਹੀ ਹੈ ਵੀ ਉਹ ਪੰਜਾਬ ਦੇ ਨਾਲ ਆਪਣੇ ਨਾਲ ਹੀ ਖਰੀ ਜਾ ਰਹੇ ਨੇ ਤਜਰਬੇ, ਵੀ ਜਿਵੇਂ ਕੋਈ ਕਹਿ ਰਿਹਾ ਕਿ ਦੇਖੋ ਜੀ ਉਹ ਤਾਂ ਜਿਹਨੂੰ ਕਹਿੰਦੇ ਨੇ ਕਿ ਇਹ ਤਾਂ ਬੀਜੇਪੀ ਨੂੰ ਕੱਟ ਕਰਤੀ ਫਲਾਣਾ, ਹਾਲਾਂਕਿ ਬੀਜੇਪੀ ਦਾ ਕੋਈ ਨਿਸ਼ਾਨ ਹੈ ਨਹੀਂ ਗਾ, ਤੇ ਬਾਕੀ ਪੰਜਾਬ ਦੀ ਜਿਹੜੀ ਸਥਿਤੀ ਤੁਹਾਡੇ ਵਰਗੇ ਪੱਤਰਕਾਰ ਜਾਂ ਜਿਹੜੇ ਪੰਜਾਬ 'ਚ ਬੈਠੇ ਨੇ ਉਹ ਸੋਹਣੇ ਢੰਗ ਨਾਲ ਅੰਦਾਜ਼ਾ ਲਾ ਸਕਦੇ ਨੇ। ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ, ਧੰਨਵਾਦ। ਸੋ ਇਹ ਸਨ ਸ਼ਿਵਿੰਦਰ ਜੀ ਸਾਡੇ ਨਾਲ, ਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ, ਇੱਕ ਬ੍ਰੇਕ ਲਵਾਂਗੇ।